ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਕੱਲ ਪਿਆਰੇ ਦਰਸ਼ਕੋ, ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਚ ਜਿੰਨੀ ਚੋਣ ਹੋਈ, ਔਰ ਵੈਸੇ ਤਾਂ ਬੜੀ ਵੇਰੀਏਸ਼ਨ ਦੇਖਣ ਨੂੰ ਮਿਲੀ ਜਿਹੜੀਆਂ ਵੋਟਾਂ ਪਈਆਂ ਨੇ। ਜਿਵੇਂ ਚੱਬੇਵਾਲ ਦੇ ਵਿੱਚ ਕੱਲ 53% ਵੋਟ ਪਈ, ਗਿੱਦੜਵਾਹਾ ਚ 81%, ਬਹੁਤ ਫਰਕ ਹੈ। ਬਰਨਾਲਾ ਚ ਵੀ ਜ਼ਿਆਦਾ ਨਹੀਂ, 54%, ਡੇਰਾ ਬਾਬਾ ਨਾਨਕ ਚ 63%। ਜੇ ਆਪਾਂ ਇਹੀ ਇਹਨਾਂ ਹਲਕਿਆਂ ਦੀ 22 ਚ ਜਿਹੜੀ ਪੋਲਿੰਗ ਹੋਈ ਸੀ ਉਹਦੀ ਵੋਟ ਪ੍ਰਤੀਸ਼ਤ ਦੇਖੀਏ ਤਾਂ ਚੱਬੇਵਾਲ ਚ 71 ਸੀ ਤੇ 17 ਚ ਤੋਂ ਵੀ ਜ਼ਿਆਦਾ ਸੀ, 74 ਸੀ, ਕੱਲ 53 ਸੀ। ਗਿੱਦੜਵਾਹਾ ਚ ਕੱਲ 81, 22 ਚ 84, ਉਦੋਂ 88 ਸੀ। ਯਾਨੀ ਹਮੇਸ਼ਾ ਜ਼ਿਆਦਾ ਵੋਟਾਂ ਪੈਂਦੀਆਂ ਨੇ ਗਿੱਦੜਵਾਹੇ। ਲੇਕਿਨ ਬਰਨਾਲੇ ਦੀ ਗੱਲ ਨੀ ਸਮਝ ਆਈ, ਕੱਲ 54 ਸੀ, 22 ਚ 71 ਔਰ 17 ਚ 78 ਸੀ, ਔਰ ਜੇ ਉਦੋਂ ਪਿੱਛੇ ਚਲੇ ਜਾਏ 12 ਚ 89 ਸੀ ਤੇ ਡੇਰਾ ਬਾਬਾ ਨਾਨਕ 63 ਕੱਲ ਸੀ, 73, 10% ਦਾ ਫਰਕ ਹੈ, ਤੇ 78 ਜਿਹੜੀ 15% ਦਾ ਫਰਕ ਹੈ 17 ਨਾਲੋਂ, 2017 ਜਿਹੜੀ ਪੋਲਿੰਗ ਹੋਈ ਸੀ। ਇਹ ਵੀ ਇੱਕ ਅਹਿਮ ਨੁਕਤਾ ਹੈ, ਇੱਕ ਅਹਿਮ ਪਹਿਲੂ ਹੈ ਜਿਹਤੇ ਆਪਾਂ ਗੱਲ ਕਰਨੀ ਹੈ ਕਿ ਉਹ ਫਰਕ ਕਿਉਂ ਹੁੰਦਾ, ਕੀ ਕੋਈ ਕਣਕ ਦੀ ਬਿਜਾਈ ਦਾ ਫਰਕ ਹੈ, ਸ਼ਹਿਰੀ ਜਾਂ ਪੇਂਡੂ ਜਿਹੜਾ ਹੈ ਉਹਦਾ ਫਰਕ ਹੈ, ਕੀ ਫਰਕ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਦੂਜਾ ਪਹਿਲੂ ਬਹੁਤ ਇੰਪੋਰਟੈਂਟ, ਅਕਾਲੀ ਚੋਣ ਦੇ ਵਿੱਚ ਨਹੀਂ ਸੀ ਲੇਕਿਨ ਉਹਨਾਂ ਦੀ ਗੈਰ ਹਾਜ਼ਰੀ ਦੇ ਬਾਵਜੂਦ ਚੋਣ ਦੇ ਵਿੱਚ ਉਹਨਾਂ ਦੀਆਂ ਵੋਟਾਂ ਹਾਜ਼ਰ ਸੀ, ਚਰਚਾ ਸੀ, ਕਿੱਧਰ ਪਈਆਂ ਇਹ ਚਰਚਾ ਸੀ। ਪਰ ਇੱਕ ਥਾਂ ਤੇ ਚਾਹੇ ਉਹ ਮਨਪ੍ਰੀਤ ਬਾਦਲ ਹੈ, ਚਾਹੇ ਸੋਹਣ ਸਿੰਘ ਠੰਡਲ ਹੈ, ਚਾਹੇ ਰਵੀ ਕਾਲੋ ਹੈ, ਸਭ ਦੇ ਲਈ ਇਸ ਤਰ੍ਹਾਂ ਦੀ ਸੀ। ਤੇ ਇੱਕ ਪਹਿਲੂ ਹੋਰ ਹੈ, ਬਹੁਤ ਥਾਵਾਂ ਤੇ ਔਰਤਾਂ ਨੇ ਖੁੱਲ ਕੇ ਜਿਹੜਾ ਹੈ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਈ, ਇਹ ਵੀ ਇੱਕ ਸ਼ੁਭ ਸ਼ਗਨ ਹੈ ਸਾਡੇ ਲੋਕਤੰਤਰ ਦਾ। ਔਰ ਲੋਕ ਸਿਆਣੇ ਵੀ ਹੋ ਰਹੇ ਨੇ, ਜਿੱਥੇ ਗਿਣਤੀ ਘਟੀ ਹੈ ਉੱਥੇ ਲੋਕ ਆ, ਜਿਵੇਂ ਹੁਣ ਪਿੰਡ ਪੱਡਾ ਜੁਗਰਾਜ ਸਿੰਘ ਦਾ ਵਿਆਹ ਸੀ ਡੇਰਾ ਬਾਬਾ ਨਾਨਕ, ਉੱਥੇ ਉਹ ਪਹਿਲਾਂ ਆਪਦਾ ਸਿਹਰੇ ਬੰਨੇ ਹੋਏ ਨੇ ਵੋਟ ਪਾਉਣ ਆ ਗਿਆ, ਤੋ ਇਸ ਤਰ੍ਹਾਂ ਵੀ ਰਿਹਾ। ਮਾੜਾ ਮੋਟਾ ਲੜਾਈ ਝਗੜਿਆਂ ਦਾ ਸ਼ਗਨ ਤਾਂ ਹਮੇਸ਼ਾ ਹੀ ਹੁੰਦਾ, ਉਹ ਡੇਰਾ ਬਾਬਾ ਨਾਨਕ ਨੇ ਕਰਾ ਤਾਂ ਦੋਨੇ ਰੰਧਾਵਿਆਂ ਚ ਥੋੜੀ ਬਹੁਤੀ ਜਿਹੜੀ ਹੈ ਗੱਲਬਾਤ ਹੋਈ ਹੈ, ਕਹਾ ਸੁਣੀ ਹੋਈ, ਉਹ ਇਹ ਚੱਲਦਾ। ਲੇਕਿਨ ਇੱਕ ਸਭ ਤੋਂ ਵੱਡਾ ਜਿਹੜਾ ਇਹਦੇ ਚ ਇਹ ਚੋਣ ਦੇ ਵਿੱਚ ਪਹਿਲੂ ਦੇਖਣ ਨੂੰ ਮਿਲਿਆ, ਦਿਲਚਸਪ ਹੈ ਕਿ ਜਿੱਥੇ ਪਿਛਲੀਆਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਤੋਂ ਵੀ ਰੋਕਿਆ ਜਾ ਰਿਹਾ ਸੀ ਭਾਰਤੀ ਜਨਤਾ ਪਾਰਟੀ ਨੂੰ, ਇਸ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾ ਸਿਰਫ ਕਿਸਾਨੀ ਸੰਘਰਸ਼ ਦੇ ਬਾਵਜੂਦ ਨਾ ਸਿਰਫ ਉਹਨਾਂ ਨੇ ਆਪਦਾ ਪ੍ਰਚਾਰ ਕੀਤਾ ਖੁੱਲ ਕੇ, ਬਲਕਿ ਉਹਨਾਂ ਨੇ ਪਿੰਡਾਂ ਚ ਵੀ ਆਪਦੇ ਬੂਥ ਲਗਾਏ ਔਰ ਉਹਨਾਂ ਬੂਥਾਂ ਤੇ ਇਕੱਠ ਵੀ ਦੇਖਿਆ ਗਿਆ ਕਿ ਇਹਨਾਂ ਚੋਣਾਂ ਨੂੰ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਐਂਟਰੀ ਸਮਝ ਰਹੇ, ਐਂਟਰੀ ਗੇਟ ਬਣ ਕੇ ਆਈਆਂ ਨੇ ਚੋਣ। ਇਹ ਵੀ ਇੱਕ ਜਿਹੜਾ ਹੈ ਪੱਖ ਹੈ ਜਿਹਤੇ ਚਰਚਾ ਕਰਨੀ ਬਣਦੀ ਹੈ। ਹੋਰ ਵੀ ਕਈ ਦਿਲਚਸਪ ਪੱਖ ਹੋਣਗੇ ਜਿਹਨਾਂ ਤੇ ਆਪਾਂ ਗੱਲਬਾਤ ਕਰਾਂਗੇ। ਇਸ ਗੱਲਬਾਤ ਨੂੰ ਸਾਡੇ ਨਾਲ ਕਰਨ ਲਈ ਜਿਹੜੇ ਸ਼ਾਮਲ ਹੋਏ ਨੇ ਮਹਿਮਾਨ, ਉਹਨਾਂ ਚ ਨਿਰਪੱਖ ਟਿੱਪਣੀਕਾਰ ਦੇ ਤੌਰ ਤੇ ਪੰਜਾਬ ਹੈਰੀਟੇਜ ਦੇ ਐਡੀਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾਕਟਰ ਸਤਨਾਮ ਸਿੰਘ ਸੰਧੂ ਆਏ ਨੇ ਤੇ 4 ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਸਾਡੇ ਨਾਲ ਨੇ, ਜਿਹਨਾਂ ਚੋਂ ਕੁਲਵਿੰਦਰ ਸਿੰਘ ਬਰਾੜ ਆਮ ਆਦਮੀ ਪਾਰਟੀ ਵੱਲੋਂ ਨੇ, ਸ਼ਮਸ਼ੇਰ ਸਿੰਘ ਪੁਰਖਾਬਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ, ਰਮਾ ਮਹਾਜਨ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ, ਰਾਕੇਸ਼ ਉਲਫਤ ਕਾਂਗਰਸ ਪਾਰਟੀ ਵੱਲੋਂ ਇਸ ਪ੍ਰੋਗਰਾਮ ਸ਼ਾਮਿਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਮੈਂ ਜਿਹੜੀ ਗੱਲ ਕਰਨੀ ਹੈ, ਅਕਾਲੀ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਰਹੇ ਸ਼ਮਸ਼ੇਰ ਸਿੰਘ ਜੀ, ਪੁਰਖਾਲਵੀ ਸਾਹਿਬ, ਕਿਵੇਂ ਦੇਖਦੇ ਹੋ ਸਾਰੀ ਗੱਲਬਾਤ? ਸਭ ਤੋਂ ਪਹਿਲਾਂ ਤਾਂ ਵਾਲੀਆ ਸਾਹਿਬ ਤੁਹਾਨੂੰ ਤੇ ਤੁਹਾਡੇ ਸਾਰੇ ਪੈਨਲਿਸਟ ਨੂੰ ਬਹੁਤ ਹੀ ਅਦਬ ਅਤੇ ਨਿਮਰਤਾ ਸਹਿਤ ਸਤਿਕਾਰ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦਾ ਤੁਹਾਡਾ ਮੁੱਦਾ ਹੈ ਕਿ ਇਹ ਜਿਹੜੀਆਂ 2024 ਦੇ ਵਿੱਚ ਬਾਈ ਇਲੈਕਸ਼ਨ ਹੋਏ ਨੇ 4 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ, ਇਹਦੇ ਵਿੱਚ ਤੁਹਾਡਾ ਜਿਹੜਾ ਟੌਪਿਕ ਹੈ ਕਿ ਬੀਜੇਪੀ ਨੇ ਪਿੰਡਾਂ ਦੇ ਵਿੱਚ ਆਪਣੇ ਬੂਥ ਲਗਾ ਕੇ ਐਂਟਰੀ ਕਰ ਲਈ, ਇਹਦੇ ਸੰਬੰਧੀ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਵਾਲੀਆ ਸਾਹਿਬ ਕਿ ਕੇਂਦਰ ਦੀ ਬੀਜੇਪੀ ਸਰਕਾਰ ਔਰ ਆਰ ਐਸ ਐਸ ਨੇ ਬਹੁਤ ਵੱਡੀ ਸਾਜਿਸ਼ ਰਚ ਕੇ
ਸ਼੍ਰੋਮਣੀ ਅਕਾਲੀ ਦਲ ਨੂੰ ਇਸ ਚੋਣ ਅਖਾੜੇ ਦੇ ਵਿੱਚੋਂ ਮਨਫੀ ਕਰਨ ਦੇ ਲਈ ਲੰਮੇ ਸਮੇਂ ਤੋਂ ਚਾਲਾਂ ਚੱਲੀਆਂ ਨੇ ਜਦੋਂ ਤੋਂ ਸਾਡਾ ਅਸੀਂ ਦੇ ਵਿੱਚੋਂ ਬਾਹਰ ਹੋਇਆ ਹੈ, ਕਿਉਂਕਿ ਇਹਦਾ ਮੁੱਖ ਕਾਰਨ ਇੱਕੋ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਵਾਸਤੇ ਬੀਜੇਪੀ ਦੇ ਨਾਲ ਆਡਾ ਲਿਆ, ਹਮੇਸ਼ਾ ਪੰਜਾਬ ਦੇ ਪੰਜਾਬੀਆਂ ਦੀ ਪੰਥ ਦੀ ਔਰ ਸਿੱਖਾਂ ਦੀ ਗੱਲ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਦਾ ਜਿਹੜਾ ਆਪਣਾ ਆਧਾਰ ਕਾਇਮ ਰੱਖਿਆ, ਪਰੰਤੂ ਇਸੇ ਤੋਂ ਚਿੜਕੇ ਬੀਜੇਪੀ ਤੇ ਆਰਐਸਐਸ ਨੇ ਇਸ ਕੋਚੀਆਂ ਚਾਲਾਂ ਚੱਲ ਕੇ ਸਾਜ਼ਸ਼ਾਂ ਰਚ ਕੇ ਆਪਣੇ ਕਰਿੰਦਿਆਂ ਦੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਕਰਨ ਵਾਸਤੇ ਬਹੁਤ ਲੰਮੇ ਸਮੇਂ ਤੋਂ ਚਾਲਾਂ ਚੱਲੀਆਂ ਹੋਈਆਂ, ਜਿਹਦੇ ਵਿੱਚ ਇੱਕ ਜਿਹੜਾ ਕਾਰਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆਂ ਕਰਾਰ ਦਵਾ ਦੇਣਾ, ਔਰ ਇਸੇ ਕਾਰਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਅਖਾੜੇ ਦੇ ਵਿੱਚੋਂ ਮਨਫੀ ਰਿਹਾ, ਉਹਦੀ ਆਪਣੀ ਮਜਬੂਰੀ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੰਮੇ ਸਮੇਂ ਤੋਂ ਇਹਨਾਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਵੋਟਰਾਂ ਦੇ ਨਾਲ ਰਾਬਤਾ ਕਰਕੇ ਇਸ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਲੇਕਿਨ ਉਸ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਗੱਲ ਦੇ ਫੈਸਲੇ ਨੂੰ ਰੋਕ ਕੇ, ਤਨਖਾਹ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਉਣ ਦੇ ਫੈਸਲੇ ਉੱਤੇ ਰੋਕ ਲਗਾ ਕੇ 2.5 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਇਸ ਗੱਲ ਨੂੰ, ਉਹਦਾ ਇੱਕੋ ਇੱਕ ਮਕਸਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਚੋਣ ਪਿੜ ਅਖਾੜੇ ਦੇ ਵਿੱਚੋਂ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਖਤਮ ਕੀਤਾ ਜਾਵੇ। ਹੁਣ ਤੁਹਾਡਾ ਜਿਹੜੀ ਤੁਸੀਂ ਇੰਟਰੋ ਦੇ ਵਿੱਚ ਗੱਲ ਕੀਤੀ ਕਿ ਜਿਹੜਾ ਵੋਟ ਪਰਸੈਂਟੇਜ ਇਸ ਵਾਰ 22 ਇਲੈਕਸ਼ਨ ਦੇ ਵਿੱਚ ਕਾਫੀ ਘੱਟ ਗਿਆ, ਐਵਰੇਜ ਜੇ ਤੁਹਾਡੀ 2017 ਤੇ 2022 ਦੀ ਲਾਈਏ ਕਰੀਬ ਕਰੀਬ ਹਰ ਜਿਹੜਾ ਪ੍ਰਖਾਵੀ ਇਹ ਗੱਲ ਤਾਂ ਹੋ ਜਾਊਗੀ। ਤੁਸੀਂ ਆਪਦੀ ਗੱਲਬਾਤ ਚ ਦੋ ਤਿੰਨ ਨੁਕਤੇ ਉਠਾਏ ਨੇ, ਉਹਨਾਂ ਦੀ ਗੱਲ ਪਹਿਲਾਂ ਕਰ ਲਈਏ ਕਿਉਂਕਿ ਤੁਸੀਂ ਬੜਾ ਟਾਈਮ ਲਾਇਆ ਉਹ ਤੇ। ਪਹਿਲੀ ਤਾਂ ਗੱਲ ਕਿ ਤਨਖਾਹੀਆ ਕਰਾਰ ਦਵਾਇਆ ਗਿਆ, ਮਤਲਬ ਕਿ ਤੁਸੀਂ ਕਿੰਨਾ ਕੁ ਸਨਮਾਨ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਵਾਲੇ ਅਕਾਲ ਤਖ਼ਤ ਸਾਹਿਬ ਦਾ, ਤੁਹਾਨੂੰ ਇਹ ਲੱਗਦਾ ਹਾਲੇ ਵੀ ਕਹਿ ਰਹੇ ਹੋ ਕਿ ਅਕਾਲ ਤਖ਼ਤ ਸਾਹਿਬ ਫੈਸਲੇ ਕਿਸੇ ਦੀ ਮਰਜ਼ੀ ਨਾਲ ਕਰਦਾ ਹੈ, ਆਪਣੇ ਆਪ ਨਹੀਂ ਕਰਦਾ। ਇਹੀ ਗੱਲ ਜਿਹੜੀ ਤੁਸੀਂ ਕਹੀ ਹੈ, ਇਹੀ ਬਿਰਸਾ ਸਿੰਘ ਬਟੋਆ ਨੇ ਕਹੀ ਸੀ, ਉਹ ਤੁਸੀਂ ਵੀ ਉਹੀ ਕਹਿ ਰਹੇ ਹੋ। ਤੁਸੀਂ ਇਹਦੇ ਚਾਲਾਂ ਦੱਸ ਰਹੇ ਹੋ, ਸ਼ਮਸ਼ੇਰ ਸਿੰਘ ਪ੍ਰਖਾਵੀ ਵੀ ਤੁਸੀਂ ਜਿਹਨੂੰ ਤੁਹਾਡੇ ਲੀਡਰ ਕਹਿ ਰਹੇ ਨਾ ਕੂੜ ਪ੍ਰਚਾਰ, ਜੋ ਸੁਧਾਰ ਮੈਂ ਕੋਈ ਸੁਧਾਰ ਲਾੜਦਾ ਨੁਮਾਇੰਦਾ ਤਾਂ ਹੈ ਨਹੀਂ, ਪਰ ਤੁਸੀਂ ਇਕੱਲੇ ਹੀ ਇਸੇ ਕਰਤੀ ਆ, ਉਹਦੇ ਕੂੜ ਪ੍ਰਚਾਰ ਜਿਹਦਾ ਤੁਸੀਂ ਕਿਹਾ ਉਹ ਸਾਰੇ ਫੈਕਟ ਨੇ। 2007 ਚ ਸਾਂਗ ਰਚਿਆ ਗਿਆ ਕਿ ਨਹੀਂ ਰਚਿਆ ਗਿਆ, ਕੇਸ ਵਾਪਸ ਹੋਇਆ ਕਿ ਨਹੀਂ ਹੋਇਆ, ਬਾਬੀ ਦਵਾਈ ਕੇ ਕਿ ਨਹੀਂ ਦਵਾਈ ਗਈ ਰਾਮ ਰਹੀਮ ਨੂੰ, ਉੱਥੇ ਬੁਲਾ ਕੇ ਦਵਾਈ ਗਈ ਇਹ ਵੀ ਪਤਾ, ਔਰ ਬਹਿਬਲ ਕਲਾ ਹੋਇਆ ਕਿ ਨਹੀਂ ਹੋਇਆ, ਕੋਟਕਪੁਰਾ ਗੋਲੀ ਚੱਲੀ ਕਿ ਨਹੀਂ ਚੱਲੀ, ਸ਼ਵੇਤ ਸੈਣੀ DGP ਬਣਿਆ ਕਿ, ਸਾਰੇ ਤੱਥ ਨੇ ਜਿਨ੍ਹਾਂ ਨੂੰ ਤੁਸੀਂ ਨਕਾਰ ਕੇ ਇਹ ਕਹਿ ਰਹੇ ਹੋ ਜੀ ਇਹ ਦਵਾਇਆ ਗਿਆ। ਸ਼ਮਸ਼ੇਰ ਸਿੰਘ ਜੀ ਸਵਾਲ ਤਾਂ ਇਹ ਕੀਤਾ ਸੀ ਕਿ ਇਹ ਚੋਣਾਂ ਜਿਹੜਾ ਐਂਟਰੀ ਗੇਟ ਨੇ ਭਾਜਪਾ ਲਈ, ਇਹਦੇ ਨਾਲ ਤੁਹਾਡੀ ਇਸ ਗੱਲਬਾਤ ਦਾ ਕੀ ਮਤਲਬ ਹੋਇਆ? ਭਾਜਪਾ ਦੀ ਗੱਲ ਇਹ ਹੈ ਕਿ ਸਾਡੀ ਸੰਘਰਸ਼ ਵੀ ਸੀ, ਨਾ ਇੱਥੇ ਵਿਰੋਧ ਹੋਇਆ, ਨਾ ਹੀ ਉਹਨਾਂ ਦੇ ਭਾਜਪਾ ਦੇ ਬੂਥ ਲੱਗੇ, ਪਿੰਡਾਂ ਚ ਬੜੇ ਪਿੰਡਾਂ ਚ ਗਏ, ਉਹਦਾ ਜਵਾਬ ਤਾਂ ਇਹ ਹੋ ਸਕਦਾ ਸੀ ਕਿ ਉਹਨਾਂ ਦੇ ਲੀਡਰ ਹੀ ਇੰਨੇ ਸਟਰੋਂਗ ਸੀ। ਮਨਪ੍ਰੀਤ ਬਾਦਲ 4 ਵਾਰੀ MLA ਰਿਹਾ, ਉੱਥੇ ਮੰਤਰੀ ਰਿਹਾ, ਜਿੱਥੋਂ ਗਿੱਦੜਬਾਹ ਚ ਬੂਥ ਲੱਗਣੀ ਸੀ, ਕੇਵਲ ਸਿੰਘ ਢਿੱਲੋਂ ਮੰਤਰੀ ਰਿਹਾ, ਸੋਹਣ ਸਿੰਘ ਢੱਡਰ ਮੰਤਰੀ ਰਿਹਾ, ਰਵੀ ਕਾਲੋ ਦਾ ਫਾਦਰ ਉੱਥੇ ਕਾਫੀ ਸਟਰੋਂਗ ਸੀ, ਤੋ ਜਵਾਬ ਤਾਂ ਇਹ ਸੀ। ਤੁਸੀਂ ਸ਼ਮਸ਼ੇਰ ਸਿੰਘ ਜੀ ਮਾਫ਼ ਕਰਨਾ, ਜਿਹੜੇ ਮੁੱਦੇ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਖੈਰ ਮੈਂ ਥੋੜਾ ਜਵਾਬ ਲਊਂਗਾ, ਜੇ ਤੁਸੀਂ ਬਹੁਤ ਬਰੀਫ ਜਵਾਬ ਦੇਣਾ ਤਾਂ ਉਹ ਨਹੀਂ ਦੇ ਸਕਦੇ। ਹਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਅਖਾੜੇ ਦੇ ਵਿੱਚੋਂ ਮਨਫੀ ਕਰਕੇ ਬੀਜੇਪੀ ਨੂੰ ਆਪਣੀ ਜਿਹੜੀ ਖੇਡ ਖੇਡਣ ਦਾ ਮੌਕਾ ਜਿਹੜਾ ਮਿਲਿਆ, ਉਸਦਾ ਜਿਹੜਾ ਇਹਨਾਂ ਨੇ ਕੀ ਕੀਤਾ, ਜਿਹੜਾ ਪਿੰਡਾਂ ਦੇ ਵਿੱਚ, ਮੈਂ ਤੁਹਾਨੂੰ ਬਿਲਕੁਲ ਸਪਸ਼ਟ ਤੌਰ ਤੇ ਦੱਸਦਾ ਕਿ ਹਰ ਬੂਥ ਦੇ ਵਿੱਚ, ਪਿੰਡ ਦੇ ਵਿੱਚ ਬੂਥ ਲਗਾਉਣ ਵਾਸਤੇ 15,000 ਰੁਪਇਆ ਪਰ ਬੂਥ ਬੀਜੇਪੀ ਵੱਲੋਂ ਦਿੱਤਾ ਗਿਆ। ਦੂਸਰੀ ਗੱਲ, ਸ਼੍ਰੋਮਣੀ ਅਕਾਲੀ ਦਲ ਦੇ ਚੋਣ ਅਖਾੜੇ ਦੇ ਵਿੱਚ ਨਾ ਹੋਣ ਕਰਕੇ, ਕਿਉਂਕਿ ਲੋਕ ਜਿਹੜੇ ਪਿੰਡਾਂ ਦੇ, ਪੰਜਾਬ ਦੇ ਲੋਕ ਦੁਖੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ, ਔਰ ਦੂਸਰੇ ਪਾਸੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਖਾਸ ਵੋਟਰ ਸੀ, ਜਿਹੜੇ ਪੱਕੇ ਵੋਟਰ ਸੀ, ਜਿਹੜੇ ਟਕਸਾਲੀ ਵੋਟਰ ਸੀ, ਉਹ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਕਿਉਂਕਿ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਹੈ, ਤੇ ਇਸ ਕਰਕੇ ਉਹ ਜਿਹੜਾ ਵੋਟਰ ਹੈਗਾ ਥੋੜਾ ਬਹੁਤਾ ਉਹ ਜਿਹੜਾ ਉੱਛਲ ਕੇ ਉਹ ਬੀਜੇਪੀ ਵੱਲ ਗਿਆ, ਇਸ ਕਰਕੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਪੋਲਿੰਗ ਬੂਥ ਲਾਉਣ ਦਾ ਮੌਕਾ ਮਿਲਿਆ, ਔਰ ਉਹ ਜਿਹੜੇ
ਸ਼ਮਸ਼ੇਰ ਸਿੰਘ ਜੀ, ਮੈਂ ਬ੍ਰੇਕ ਤੇ ਜਾਣਾ ਹੈ। ਤੁਹਾਡੀ ਗੱਲ ਜਿਹੜੀ ਇੱਥੇ ਵੀ ਜਿਹੜੀ ਗੱਲ ਕਹੀ ਹੈ ਕਿ ਉਹਨਾਂ ਨੇ ਪੈਸਾ ਦਿੱਤਾ, ਇਹ ਕੋਈ ਮੇਰਾ ਖਿਆਲ ਹੈ ਉਸ ਤਰਕ ਤੇ ਪੂਰਾ ਨਹੀਂ ਉਤਰਦਾ। ਖੈਰ ਤੁਹਾਡੇ ਆਪਣਾ ਪੱਖ ਹੈ, ਜਿਵੇਂ ਮਰਜ਼ੀ ਤੁਸੀਂ ਰੱਖੋ, ਲੇਕਿਨ ਇੱਕ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹਿਤਾ ਸੀ ਕਿ ਤਨਖਾਹੀਆ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਕਰਾਰ ਦਿੱਤਾ ਹੈ, ਤੁਹਾਨੂੰ ਕਿਸੇ ਵੀ ਚੋਣ ਤੇ ਜਾਣ ਤੋਂ ਨਹੀਂ ਰੋਕਿਆ, ਤੁਸੀਂ ਚੋਣਾਂ ਲੜ ਸਕਦੇ ਹੋ। ਇਹ ਤੁਸੀਂ ਦੇਖਿਆ, ਤੁਸੀਂ ਤੁਹਾਡੀ ਕੋਈ ਰਣਨੀਤੀ ਹੋ ਸਕਦੀ ਹੈ ਕਿ ਅਸੀਂ ਚੋਣਾਂ ਨਹੀਂ ਲੜਨੀਆਂ। ਖੈਰ ਇਹ ਇੱਕ ਜਿਹੜੀ ਬ੍ਰੇਕ ਲੈਣ ਦਾ ਵਕਤ ਹੋ ਗਿਆ ਸਾਡਾ ਇਸ ਪ੍ਰੋਗਰਾਮ ਚ, ਪਹਿਲਾਂ ਬ੍ਰੇਕ ਲੈਂਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਰਮਾ ਮਹਾਜਨ, ਭਾਰਤੀ ਜਨਤਾ ਪਾਰਟੀ, ਇਹ ਚੰਗੀ ਗੱਲ ਹੋਈ ਹੈ ਤੁਹਾਡੇ ਬੂਥ ਲੱਗੇ ਨੇ, ਪੈਸੇ ਕਰਕੇ ਲੱਗੇ ਨੇ ਜਿਵੇਂ ਸ਼ਮਸ਼ੇਰ ਸਿੰਘ ਦੱਸ ਰਹੇ ਨੇ, ਕਿਉਂ ਬੂਥ ਲੱਗ ਗਏ, ਪਿੰਡਾਂ ਚ ਕਿਵੇਂ ਐਂਟਰੀ ਕਰ ਲਈ ਤੁਸੀਂ ਇਸ ਵਾਰ? ਵਾਲੀਆ ਜੀ ਨਮਸਕਾਰ, ਸਾਰੇ ਪੈਨਲਿਸਟ ਨੂੰ ਵੀ, ਸ਼ਰੋਤਾਗਣ ਸਭ ਨੂੰ ਨਮਸਕਾਰ। ਪਹਿਲੀ ਤੇ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਜਿੱਥੇ ਵੀ ਇਹਨਾਂ ਦੀ ਅਸਫਲਤਾ, ਕਿਸੇ ਵੀ ਪਾਰਟੀ ਦੀ, ਆਪ ਵਾਲਿਆਂ ਦੀ ਗੱਲ ਕਰ ਲਓ ਜਾਂ ਅਕਾਲੀ ਦਲ ਦੀ, ਉੱਥੇ ਬੀਜੇਪੀ ਨੇ ਸਾਜਿਸ਼ ਰਚੀ, ਬੀਜੇਪੀ ਨੇ ਸਾਰਾ ਕੁਝ ਕੀਤਾ। ਬੀਜੇਪੀ ਕਿਉਂ ਇਸ ਤਰ੍ਹਾਂ ਕਰੇਗੀ ਕਿ ਤੁਹਾਡੇ, ਕਿਉਂਕਿ ਤੁਹਾਡੇ ਨਾਲ ਉਹ ਰਹੀ ਹੈ, ਕਿੰਨੇ ਸਾਲ ਸਾਂਝ ਰਹੀ ਹੈ ਤੁਹਾਡੇ ਨਾਲ, ਬੀਜੇਪੀ ਐਸਾ ਕਿਉਂ ਕਰੇਗੀ? ਪਹਿਲੇ ਤੇ ਇਹ ਗੱਲ ਹੈਗੀ, ਔਰ ਬੀਜੇਪੀ ਖੁਦ ਚਾਹੁੰਦੀ ਹੈਗੀ ਇੱਕ ਖੇਤਰੀ ਪਾਰਟੀ ਹੈ, ਵਧੇ ਫੁੱਲੇ ਫਲੇ, ਸਾਡੀ ਆਪਣੀ ਪਾਰਟੀ ਹੈ, ਅਸੀਂ ਇੱਥੋਂ ਦਾ ਕਹਿੰਦੇ ਰਹੇ, 9 ਮਾਸ ਦਾ ਰਿਸ਼ਤਾ ਸਾਡੇ ਨਾਲ ਰਿਹਾ। ਬੀਜੇਪੀ ਐਸੀ ਕੋਈ ਸਾਜਿਸ਼ ਨਹੀਂ ਰਚੇਗੀ ਕਿ ਇਹਨਾਂ ਨੂੰ ਕਮਜ਼ੋਰ ਕੀਤਾ ਜਾਏ ਜਾਂ ਇਹਨਾਂ ਦੀ ਕੋਈ ਐਸੀ ਗੱਲ ਕੀਤੀ ਜਾਏ। ਔਰ ਇਹ ਤਨਖਾਹੀਆ ਘੋਸ਼ਿਤ ਕਰਵਾਇਆ, ਇਹ ਕਹਿ ਕੇ ਅਕਾਲ ਤਖਤ ਤੇ ਇਹ ਸਵਾਲ ਉਠਾ ਰਹੇ ਨੇ ਜੋ ਠੀਕ ਨਹੀਂ ਹੈਗਾ। ਦੂਸਰੀ ਗੱਲ, ਅਸੀਂ ਬੀਜੇਪੀ ਵਾਲੇ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਸਾਰੇ ਸਿੱਖ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਅੰਦੋਲਨ ਚ ਸ਼ਾਮਿਲ ਨਹੀਂ ਹੈਗੇ, ਔਰ ਸਾਰਿਆਂ ਕਿਸਾਨ ਭਾਈਆਂ ਨੂੰ ਇਹ ਸਮਝ ਹੈਗੀ ਹੈ ਕਿ ਬੀਜੇਪੀ ਸਿਰਫ ਉਹਨਾਂ ਦਾ ਹੱਥ ਪਕੜ ਸਕਦੀ ਹੈ। ਇਹ ਨਹੀਂ ਕਿ ਸਿਰਫ ਕੇਂਦਰ ਸਰਕਾਰ ਹੋਣ ਕਰਕੇ, ਬਲਕਿ ਇਸ ਕਰਕੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਇੱਕ ਦਿਲ ਚ ਇੱਕ ਸੋਫਟ ਕਾਰਨਰ ਹੈਗਾ ਕਿਸਾਨਾਂ ਦੇ ਪ੍ਰਤੀ, ਔਰ ਬੀਜੇਪੀ ਦੇ ਵੀ ਮਨ ਚ ਇੱਕ ਸੋਫਟ ਕਾਰਨਰ ਹੈਗਾ। ਬੀਜੇਪੀ ਕਿਸਾਨਾਂ ਦੇ ਹਿੱਤ ਦੀ ਪਾਰਟੀ ਹੈਗੀ ਹੈ। ਕੁਛ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਹੜੇ ਬਾਹਰ ਦੇ ਸ਼ਕਤੀਆਂ ਦੇ ਨਾਲ ਲੱਗ ਕੇ ਤੇ ਸਾਰਾ ਮਾਹੌਲ ਖਰਾਬ ਕਰ ਰਹੀਆਂ ਨੇ, ਇਹ ਜ਼ਿਆਦਾ ਦੇਰ ਚੱਲਣਾ ਨਹੀਂ ਹੈ ਕਿ ਇਹ ਮਾਹੌਲ ਖਰਾਬ ਕਰਨਾ ਜਾਂ ਸੜਕਾਂ ਰੋਕਣੀਆਂ, ਧਰਨੇ ਦੇਣੇ, ਟ੍ਰੇਨਾਂ ਰੋਕਣੀਆਂ, ਜ਼ਿਆਦਾ ਦੇਰ ਚੱਲਣਾ ਨਹੀਂ ਹੈ। ਲੋਕ ਇਹਦੇ ਤੋਂ ਤੰਗ ਹੈਗੇ ਨੇ ਔਰ ਲੋਕ ਦੁਖੀ ਨੇ ਕਿ ਇਹ ਬਾਰ ਬਾਰ ਸਾਨੂੰ ਇਸ ਤਰ੍ਹਾਂ ਮੁਸ਼ਕਿਲਾਂ ਆਉਂਦੀਆਂ ਨੇ, ਜਿਹਦੇ ਕਰਕੇ ਇਹ ਸਾਰਾ ਜਿਹੜਾ ਹੁਣ ਲੋਕ ਉੱਠੇ ਨੇ ਔਰ ਇਹ ਕਹਿਣਾ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਦੀ ਨੀਤੀਆਂ ਚ ਕੋਈ ਗਲਤੀ ਨਹੀਂ ਹੈਗੀ, ਕੋਈ ਗਲਤ ਨੀਤੀਆਂ ਨਹੀਂ ਹੈ, ਉਹ ਕਿਸਾਨਾਂ ਦੇ ਨਾਲ ਹੈ ਔਰ ਕਿਸਾਨਾਂ ਦੀ ਬਿਹਤਰੀ ਚਾਹੁੰਦੇ ਨੇ ਉਹਨਾਂ ਵਾਸਤੇ। ਰਮਾ ਮਹਾਜਨ ਜੀ, ਤੁਸੀਂ ਵੀ ਉਹੀ ਗੱਲ ਕਰਤੀ ਨਾ, ਬਾਹਰਲੀਆਂ ਸ਼ਕਤੀਆਂ ਕਿਸਾਨਾਂ ਨੂੰ ਬਾਹਰ ਦੀ, ਕਿ ਟਰੰਪ ਆ ਕੇ ਕਹਿ ਰਿਹਾ, ਕੌਣ ਕਹਿ ਰਿਹਾ, ਬਾਹਰਲਾ ਕਿਸਾਨ ਇੱਥੋਂ ਦੇ ਨੇ, ਲੋਕ ਨੇ, ਆਮ ਲੋਕ ਨੇ ਕਿਸਾਨ। ਜੇ ਅਸੀਂ ਕਹਿੰਦੇ ਹਾਂ ਕਿ ਵੋਟਾਂ ਦੀ ਗਿਣਤੀ ਘੱਟ ਹੋਈ ਹੈ, ਪੇਂਡੂ ਇਲਾਕਿਆਂ ਚ ਕਣਕ ਦੀ ਬਿਜਾਈ ਕਿਉਂ ਲੇਟ ਹੋਈ, ਕਿਹਦੀ ਕੌਣ ਜ਼ਿੰਮੇਵਾਰ ਹੈ ਇਹਦੇ ਲਈ? ਗੱਲ ਤਾਂ ਆਪਾਂ ਉਹ ਪਹਿਲੂਆਂ ਤੇ ਕਰ ਰਹੇ ਸੀ, ਆਪਾਂ ਇੱਕ ਦੂਜੇ ਤੇ ਜਿਹੜਾ ਲਾਂਛਨ ਲਾ ਰਹੇ ਹਾਂ। ਖੈਰ ਕਾਂਗਰਸ ਪਾਰਟੀ ਤੇ ਵੀ ਦੋਸ਼ ਲੱਗੇ ਨੇ। ਉਲਫਤ ਜੀ, ਰਕੇਸ਼ ਉਲਫਤ, ਕੀ ਕਹੋਗੇ? ਸਾਰੇ ਪੈਨਲਿਸਟ ਨੂੰ ਸਤਿ ਸ਼੍ਰੀ ਅਕਾਲ। ਕਾਂਗਰਸ ਪਾਰਟੀ ਦਾ ਜਿੱਥੋਂ ਤੱਕ ਸਟੈਂਡ ਹੈ ਕਿ ਬੀਜੇਪੀ ਦੀ ਪਿੰਡਾਂ ਦੇ ਵਿੱਚ ਐਂਟਰੀ ਕਿਉਂ ਹੋ ਗਈ, ਜਿਹੜਾ ਅੱਜ ਦਾ ਤੁਹਾਡਾ ਮੁੱਦਾ ਹੈਗਾ ਵਾ, ਉਸ ਦੇ ਬਾਰੇ ਤੁਸੀਂ ਪਹਿਲੇ ਇੱਕ ਬਹੁਤ ਖੂਬਸੂਰਤ ਗੱਲ ਕਰ ਲਈ ਹੈ ਕਿ ਜਿਹੜੇ ਚਾਰੇ ਕੈਂਡੀਡੇਟ, ਚਾਰੇ ਹਲਕਿਆਂ ਦੀ ਆਪਾਂ ਗੱਲ ਕਰ ਲਈਏ, ਬੀਜੇਪੀ ਦੇ ਆ ਤੇ ਉਹ ਚਾਰੋਂ ਕੈਂਡੀਡੇਟ ਜਿਹੜੇ ਆ ਉਹ ਅਲੱਗ ਅਲੱਗ ਪਾਰਟੀਆਂ ਚੋਂ, ਜ਼ਿਆਦਾ ਅਕਾਲੀ ਦਲ ਦੇ ਵਿੱਚੋਂ ਸ਼੍ਰੋਮਣੀ ਠੰਡਲ ਸਾਹਿਬ ਦੀ ਗੱਲ ਕਰ ਲਈਏ, ਜੇ ਅਸੀਂ ਚੱਬੇਵਾਲ ਦੀ ਗੱਲ ਕਰੀਏ, ਰਵੀਕਰਨ ਕਾਹਲੋਂ ਦੀ ਡੇਰਾ ਬਾਬਾ ਨਾਨਕ ਚ ਗੱਲ ਕਰ ਲਈਏ, ਤੇ ਉਹਨਾਂ ਦੇ ਤੇ ਮਨਪ੍ਰੀਤ ਬਾਦਲ ਸਾਹਿਬ ਦੀ ਗੱਲ ਕਰ ਲਈਏ, ਜਾਂ ਅਸੀਂ ਦੂਜੇ ਪਾਸੇ ਜਿਹੜੇ ਸਾਡੇ ਕੇਵਲ ਢਿੱਲੋਂ ਜੀ ਆ, ਇਹ ਸਾਰੇ ਜਿੰਨੇ ਵੀ ਹੈਗੇ ਆ ਕੈਂਡੀਡੇਟ ਹੈਗੇ, ਇਹਨਾਂ ਦਾ ਸਾਰਿਆਂ ਦਾ ਆਪਣਾ ਮਾਸ ਬੇਸ ਹੈਗਾ ਵਾ, ਇਹਦੇ ਚ ਕੋਈ ਦਿੱਕਤ ਨਹੀਂ ਹੈਗੀ, ਇਹ ਚ ਕੋਈ ਪਰੇਸ਼ਾਨੀ ਨਹੀਂ ਆ ਸਾਨੂੰ ਕਿਸੇ ਨੂੰ ਵੀ ਹੈਗੀ, ਔਰ ਨਾ ਇਸ ਨੂੰ ਅਸੀਂ ਝੁਠਲਾ ਸਕਦੇ ਇਸ ਸੱਚ ਨੂੰ। ਇਹ ਗੱਲ ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਹੀ ਬਹੁਤ ਵਧੀਆ ਵਾਲੀਆ ਸਾਹਿਬ ਦੱਸ ਦਿੱਤੀ ਕਿ ਜਿਹੜਾ ਇੱਕ ਬਹੁਤ ਵਧੀਆ ਫੈਕਟਰ ਹੈ ਔਰ ਬਹੁਤ ਵੱਡਾ ਫੈਕਟਰ ਹੈਗਾ ਵਾ ਕਿ ਇਹਨਾਂ ਦੇ ਜਿਹੜੇ ਬੂਥ ਵੀ ਲੱਗ ਗਏ ਆ ਪਿੰਡਾਂ ਦੇ ਵਿੱਚ ਔਰ ਐਂਟਰੀ ਵੀ ਹੋ ਗਈ ਆ। ਲੇਕਿਨ ਹੁਣ ਇਹ ਬੂਥ ਲੱਗਣ ਵਾਲੀ ਗੱਲ ਜਿਹੜੀ ਆ, ਐਂਟਰੀ ਇਹਨਾਂ ਦੀ ਪਿੰਡਾਂ ਦੇ ਵਿੱਚ ਪੈ ਗਈ ਆ ਬੀਜੇਪੀ ਦੀ, ਕਿ ਇਹ ਇਹਨਾਂ ਦੇ ਜਿਹੜਾ ਸੁਪਨਾ ਹੈਗਾ ਵਾ ਜਾਂ ਜੋ ਇਹ ਚਾਹੁੰਦੇ ਆ ਉਹ
ਹਕੀਕਤ ਚ ਬਦਲ ਸਕਦੇ ਕਿ ਇਹਨਾਂ ਦੀ ਜਿੱਤ ਹੋ ਸਕਦੀ ਹੈ, ਜਿਹੜਾ ਕਿ ਸਿਰੇ ਤੋਂ ਇਨਕਾਰਿਆ ਜਾਂਦਾ ਕਿ ਜਿੱਤ ਬਿਲਕੁਲ ਨਹੀਂ। ਕਾਂਗਰਸ ਪਾਰਟੀ ਬੜੀ ਮਜ਼ਬੂਤੀ ਨਾਲ ਇਲੈਕਸ਼ਨ ਲੜੀ ਆ ਔਰ ਕਾਂਗਰਸ ਪਾਰਟੀ ਇਸ ਵਾਰੀ ਵੀ ਉਹ ਬਹੁਮਤ ਦੇ ਨਾਲ ਜਿਹੜੀ ਜਿੱਤ ਦਰਜ ਕਰੇਗੀ, ਇਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦਾ। 23 ਤਰੀਕ ਨੂੰ ਬੇਸ਼ੱਕ ਰਿਜ਼ਲਟ ਆਉਣਾ ਵਾ, ਲੇਕਿਨ ਇਹ ਚੰਗੀ ਗੱਲ ਹੋਈ ਆ ਮੈਂ ਕਹਿੰਦਾ। ਇਹ ਭਾਵੇਂ ਵਜ੍ਹਾ ਇਹਦੀ ਕੋਈ ਵੀ ਹੋਈ ਹੋਏ, ਇੱਕ ਤੇ ਤੁਸੀਂ ਇਹ ਵਜ੍ਹਾ ਦੱਸ ਦਿੱਤੀ ਜਿਹੜੀ ਪਹਿਲੇ ਮੈਂ ਉਸ ਦੇ ਨਾਲ ਸਹਿਮਤ ਆ, ਦੂਜੀ ਵਜ੍ਹਾ ਜਿਹੜੀ ਬਹੁਤ ਵੱਡੇ ਪੱਧਰ ਤੱਕ ਜਿਹੜੀ ਮੈਂ ਕਹਿ ਸਕਦਾ ਵਾ, ਜਿਹਨੂੰ ਅਸੀਂ ਹਾਲੇ ਇੱਕ ਸਾਡੀ ਅਸੰਪਸ਼ਨ ਆ, ਇਟ ਸਿੰਪਲੀ ਐਨ ਅਸੰਪਸ਼ਨ ਆਫ ਆਲ ਆਫ ਅਸ, ਕਿ ਜਿਹੜਾ ਇਹ ਪ੍ਰਚਾਰ ਹੋਇਆ ਵਾ, ਜਿਹੜਾ ਲੋਕਾਂ ਦੇ ਵਿੱਚ ਇੱਕ ਵਿਚਾਰਧਾਰਾ ਜਿਹੜੀ ਆ ਵੰਡੀ ਗਈ ਆ, ਉਹ ਵਿਚਾਰਧਾਰਾ ਇਹ ਵਾ ਕਿ ਕਿਸਾਨ ਜਿਹੜੇ ਧਰਨੇ ਲਾਉਣ ਦੇ, ਲੋਕਾਂ ਨੂੰ ਪਰੇਸ਼ਾਨ ਕਰਨ ਦੇ, ਉਹ ਭਾਵੇਂ ਸੈਂਟਰ ਦੀ ਸਟੇਟ ਸੈਂਟਰ ਦੀ ਗਵਰਨਮੈਂਟ ਹੋਏ ਭਾਵੇਂ ਸਟੇਟ ਦੀ ਗਵਰਨਮੈਂਟ ਹੋਏ, ਦੋਨਾਂ ਪਾਸਿਓਂ ਇਹ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ ਕਿ ਲੋਕਾਂ ਨੂੰ, ਜਿਹੜੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਆ, ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ, ਜਿਸਦਾ ਫੈਕਟਰ ਇਹ ਹੋਇਆ ਵਾ ਕਿ ਕੋਈ ਹੋ ਸਕਦਾ, ਇਟਸ ਪੋਸੀਬਲ ਅਗੇਨ ਆਮ ਸਿੰਘ, ਇਟਸ ਪੋਸੀਬਲ ਕਿ ਸਿੰਪਥੀ ਹੋ ਸਕਦੀ ਆ ਕਿ ਇਹਨਾਂ ਦੇ ਬੂਥ ਜਿਹੜੇ ਲੱਗਣ ਦਿੱਤੇ ਆ, ਜਾਂ ਮੈਂ ਉਸ ਗੱਲ ਦੇ ਵਿੱਚ ਨਹੀਂ ਪੈਂਦਾ ਜਿਹੜੀ ਕਿ ਅਕਾਲੀ ਦਲ ਦੇ ਬੁਲਾਰੇ ਨੇ ਗੱਲ ਕੀਤੀ ਹੈ ਕਿ 15-15 ਹਜ਼ਾਰ ਵੰਡੇ ਗਏ ਆ ਪਰ ਬੂਥ ਜਿਹੜਾ ਵਾ, ਮੈਂ ਉਸ ਗੱਲ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਉਹ ਜਿਹੜੀ ਉਹਦਾ ਕੋਈ ਬੇਸ ਨਹੀਂ ਹੈਗਾ ਇਸ ਗੱਲ ਦਾ, ਨਾ ਉਸਨੂੰ ਅਸੀਂ ਪ੍ਰੂਵ ਕਰ ਸਕਦੇ ਹਾਂ। ਲੇਕਿਨ ਬਹੁਤ ਵੱਡਾ ਫੈਕਟਰ ਜਿਹੜਾ ਹੈਗਾ ਉਹ ਇਹੋ ਹੀ ਆ ਕਿ ਚਾਰੋਂ ਕੈਂਡੀਡੇਟ ਜੇ ਅਸੀਂ ਝਾਤੀ ਮਾਰੀਏ ਵਾਲੀਆ ਸਾਹਿਬ, ਤੇ ਉਹ ਚਾਰਾਂ ਕੈਂਡੀਡੇਟ ਦਾ ਆਪਣਾ ਉੱਥੇ ਅਸਰ ਆ ਹਲਕਿਆਂ ਦੇ ਵਿੱਚ। ਜੇ ਮਨਪ੍ਰੀਤ ਬਾਦਲ ਸਾਹਿਬ ਦੀ ਲੈ ਲਈਏ ਤੇ ਉਹ ਵੱਡੇ ਬਾਦਲ ਸਾਹਿਬ ਦਾ ਗਿੱਦੜ ਬਾਹਾ, ਉੱਥੋਂ 5 ਵਾਰੀ ਜਿੱਤੇ ਆ ਵੱਡੇ ਬਾਦਲ ਸਾਹਿਬ, ਔਰ ਮਨਪ੍ਰੀਤ ਬਾਦਲ ਉਹਨਾਂ ਦੇ ਪਰਿਵਾਰ ਚੋਂ ਆ, ਤੇ ਐ ਕੀ ਵੀ ਉਹਨਾਂ ਨੇ ਇਹੋ ਸੀ ਉਹਨਾਂ ਨੂੰ ਕੋਸ਼ਿਸ਼ ਕਿ ਜੋ ਬਾਦਲ ਸਾਹਿਬ ਨੂੰ, ਵੱਡੇ ਬਾਦਲ ਸਾਹਿਬ ਨੂੰ ਫਾਇਦਾ ਹੋਇਆ ਵਾ, ਉਹ ਉਹਨਾਂ ਨੂੰ ਵੀ, ਕਿਉਂਕਿ ਉੱਥੋਂ ਉਹ ਵੀ 4 ਵਾਰੀ ਜਿੱਤੇ ਦੇ ਆ ਪਹਿਲੇ, ਅਸੀਂ ਇਸ ਗੱਲ ਨੂੰ ਝੁਠਲਾ ਨਹੀਂ ਸਕਦੇ, ਗਿੱਦੜ ਬਾਹਾ ਦੀ ਮੈਂ ਗੱਲ ਕਰ ਰਿਹਾ। ਤਿੰਨ ਵਾਰੀ ਸਾਡੇ ਜਿਹੜੇ ਵੜਿੰਗ ਸਾਹਿਬ ਜਿੱਤੇ, ਨਵਾਂ ਤਰਕ ਉਲਫਤ ਜੀ ਇਹ ਤੱਕ ਥੋੜਾ ਆ ਗਿਆ, ਜੇ ਕੋਈ ਹੋਰ ਦਲੀਲ ਆਪਾਂ ਅਗਲੇ ਗੇਟ ਚ ਦੇਖ ਲਾਂਗੇ। ਬਰਾੜ ਸਾਹਿਬ, ਕੁਲਵਿੰਦਰ ਬਰਾੜ, ਆਮ ਆਦਮੀ ਪਾਰਟੀ, ਤੁਹਾਡਾ ਕੀ ਪੱਖ ਹੈ? ਦੇਖੋ ਵਾਲੀਆ ਸਾਹਿਬ, ਇਹ ਜਿਮਨੀ ਚੋਣਾਂ ਤੋਂ ਇੱਕ ਗੱਲ ਤਾਂ ਇਹ ਕਲੀਅਰ ਹੋ ਗਈ ਕਿ ਜਿਹੜੀ ਪੁਰਾਣੀ ਰਵਾਇਤ ਹੁੰਦੀ ਸੀਗੀ ਨਾ, ਉਹਦੇ ਚ ਕੀ ਕਹਿੰਦੇ ਸੀਗੇ ਕਿ ਜਿਮਨੀ ਚੋਣਾਂ ਤਾਂ ਸਰਕਾਰ ਦੀਆਂ ਹੀ ਹੁੰਦੀਆਂ, ਕਿਉਂਕਿ ਸਰਕਾਰ ਧੱਕੇਸ਼ਾਹੀ ਬਹੁਤ ਕਰਦੀ ਹੁੰਦੀ ਸੀ ਪਿਛਲੀਆਂ ਚੋਣਾਂ ਚ ਆਪਾਂ ਦੇਖਦੇ ਹੁੰਦੇ ਸੀਗੇ। ਸੋ ਉਹ ਇਸ ਚੋਣਾਂ ਦੇ ਵਿੱਚ ਨਿੱਕੀ ਮੋਟੀ ਕੁੜੀ ਨੂੰ ਛੱਡ ਕੇ ਇਹ ਦੇਖਣ ਨੂੰ ਮਿਲਿਆ ਕਿ ਬਹੁਤਾ ਜ਼ਿਆਦਾ ਕੋਈ ਘਟਨਾ, ਕਿਤੇ ਕੋਈ ਗੁੰਡਾ ਕਰਤੀ, ਕਿਤੇ ਕੋਈ ਧੱਕਾ ਮੁੱਕੀ ਨਹੀਂ ਹੋਏਗੀ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ, ਜਾਂ ਆਮ ਆਦਮੀ ਪਾਰਟੀ ਹੈ, ਉਹ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਉਹ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਉਹ ਪਹਿਲ ਕਦਮੀ ਦਿੰਦੀ ਹੈ। ਔਰ ਦੂਜੀ ਗੱਲ ਮੈਂ ਇੱਥੋਂ ਇਹ ਦੱਸਣੀ ਚਾਹੁੰਦਾ ਹੈ ਕਿ ਇਸ ਵੋਟਾਂ ਦੇ ਵਿੱਚ ਵੀ, ਜਿਮਣੀ ਚੋਣਾਂ ਦੇ ਵਿੱਚ ਵੀ, ਜਿਹੜਾ ਲੋਕਾਂ ਦਾ ਰੁਝਾਨ ਸੀਗਾ ਉਹ ਜ਼ਿਆਦਾਤਰ ਆਮ ਆਦਮੀ ਪਾਰਟੀ ਵੱਲ ਹੀ ਦੇਖਣ ਨੂੰ ਮਿਲਿਆ, ਕਿਉਂਕਿ ਬੂਥਾਂ ਦੇ ਉੱਤੇ ਜੇ ਦੇਖ ਗਏ ਅਸੀਂ ਤਾਂ ਬਹੁਤ ਵੱਡੇ ਪੱਧਰ ਤੇ ਰਸ਼ ਸੀਗਾ, ਲੋਕ ਉਧਰ ਨੂੰ ਝੁਕਾ ਰੱਖਦੇ ਸੀ। ਔਰ ਬਾਅਦ ਦੇ ਵਿੱਚ ਜਦੋਂ ਚੈਨਲਾਂ ਨੇ ਸਰਵੇ ਕਰੇ ਤਾਂ ਉਹਨਾਂ ਦੇ ਵਿੱਚ ਵੀ ਜ਼ਿਆਦਾ ਵੱਡੇ ਪੱਧਰ ਤੇ ਲੋਕ ਆ ਜਿਹੜੇ ਉਹ ਹਮੀ ਆਮ ਆਦਮੀ ਪਾਰਟੀ ਵੱਲ ਹੀ ਭਰ ਰਹੇ ਸੀ। ਸੋ ਇੱਥੋਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਆਮ ਆਦਮੀ ਪਾਰਟੀ ਨੂੰ 92 ਤੋਂ 95 ਤੇ ਇਲਜਾਮ ਦਾ। ਸੋ ਦੂਜੀ ਗੱਲ ਮੈਂ ਪੁਰਖਾਂ ਵਾਲੀ ਸਾਹਿਬ ਜੀ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਤੋਂ ਲੋਕ ਦੁਖੀ ਸੀਗੇ, ਅੱਕੇ ਪਏ ਸੀਗੇ, ਸੋ ਇਹਨਾਂ ਦੀ ਇੱਕ ਵੱਡੇ ਲੀਡਰ ਸੁੱਚਾ ਸਿੰਘ ਲਗਾਹ ਜੀ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਅਸੀਂ 2.5 ਸਾਲਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਦੇਖਦੇ ਹੋਏ ਇਹਨਾਂ ਨੇ ਕਿਸੇ ਨਾਲ ਧੱਕਾ ਨਹੀਂ ਕਰਿਆ, ਕਿਸੇ ਤੇ ਪਰਚਾ ਨਹੀਂ ਕਰਿਆ, ਇਸ ਕਰਕੇ ਅਸੀਂ ਸਹਿਮਤੀ ਜਤਾਉਂਦੇ ਹਾਂ। ਸੋ ਇਹਨਾਂ ਨੇ ਬਾਬਾ ਨਾਨਕ ਤੋਂ ਸਹਿਮਤੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਤਾਈ। ਨਹੀਂ, ਜਿਹੜਾ ਇਹ ਤਾਂ ਤੁਸੀਂ ਆਪਣੀ ਗੱਲ ਕਰੀ ਜਾ ਰਹੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਗੱਲ ਅਸੀਂ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਐਂਟਰੀ ਗੇਟ ਬਣਿਆ ਇਹਦਾ ਕੀ ਕਾਰਨ ਹੈ, ਇਹਦੇ ਪਿੱਛੇ ਕੀ ਕਾਰਨ? ਦੇਖੋ ਬਾਲੀਆ ਸਾਹਿਬ, ਮੈਂ ਦੱਸਣਾ ਚਾਹੁੰਦਾ ਕਿ ਲੋਕਤੰਤਰ ਹੈ, ਕੋਈ ਵੀ ਲੜ ਸਕਦਾ ਚੋਣ, ਔਰ ਪਿੱਛੇ ਵੱਡੇ ਪੱਧਰ ਤੇ ਕਿਸਾਨਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਕੀਤਾ, ਔਰ ਇਹਨਾਂ ਨੇ ਇੱਕ ਬਹਾਨਾ ਕੀ ਬਣਾਇਆ ਕਿ ਸਾਨੂੰ ਲੋਕਾਂ ਨੇ ਤਾਂ ਨਹੀਂ ਵੋਟਾਂ ਪਾਈਆਂ, ਸਾਨੂੰ ਪਿੰਡਾਂ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ, ਸਾਨੂੰ ਵੋਟ ਨਹੀਂ ਮੰਗਣ ਦਿੱਤੀ ਗਈ, ਸਾਨੂੰ ਆਪਦਾ ਜਿਹੜੇ ਸਾਡੀਆਂ ਸਾਡੇ ਵਾਅਦੇ ਸੀਗੇ ਉਹ ਨਹੀਂ ਦੱਸਣ ਦਿੱਤੇ ਲੋਕਾਂ ਨੂੰ। ਸੋ ਇਸ ਕਰਕੇ ਐਤਕੀ ਕਿਸਾਨਾਂ ਨੇ, ਮੈਨੂੰ ਲੱਗਦਾ ਕਿ ਜ਼ਿਆਦਾਤਰ ਬੀਜੇਪੀ ਦਾ ਵਿਰੋਧ ਨਹੀਂ ਕੀਤਾ ਗਾ ਇਲੈਕਸ਼ਨ ਦੇ ਵਿੱਚ, ਕਿਉਂਕਿ ਇਹ ਬਹਾਨਾ ਨਾ ਬਣਾ ਲੈਣ। ਸੋ ਇਸ ਕਰਕੇ ਇਹਨਾਂ ਦੇ ਬੂਥ ਲੱਗੇ ਆ, ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਲੋਕ ਆ ਜਿਹੜੇ ਉਹ ਬੀਜੇਪੀ ਨੂੰ ਐਕਸੈਪਟ ਕਰਨਗੇ ਜਾਂ ਵੋਟ ਪਾਉਣਗੇ। ਇਹ ਆਪਾਂ ਨੂੰ 23 ਤਰੀਕ ਨੂੰ ਰਿਜ਼ਲਟ ਜਿਹੜੇ ਉਹ ਦੱਸ ਠੀਕ ਹੈ 23 ਨੂੰ ਪਤਾ ਲੱਗੂ, ਲੇਕਿਨ ਜੋ ਅਸੀਂ ਐਨਾਲਿਸਿਸ ਕਰ ਰਹੇ ਹਾਂ ਉਸ ਨੂੰ ਬਿਲਕੁਲ ਨਿਰਪੱਖ ਐਨਕਾਂ ਨਾਲ ਦੇਖ ਰਹੇ ਨੇ ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ।
ਐਡੀਟਰ ਨੇ ਪੰਜਾਬ ਹੈਰੀਟੇਜ ਦੇ, ਕਿਵੇਂ ਦੇਖਦੇ ਹੋ ਤੁਸੀਂ ਸੰਧੂ ਸਾਹਿਬ ਸਾਰੀ ਗੱਲਬਾਤ? ਵਾਲੀਆ ਸਾਹਿਬ, ਦੋ ਤਿੰਨ ਮੁੱਦੇ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਆ ਭੂਮਿਕਾ ਦੇ ਵਿੱਚ, ਤੁਸੀਂ ਇਸ਼ਾਰਾ ਵੀ ਕੀਤਾ ਉੱਧਰ। ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਪੱਧਰ ਦੀ ਪਾਰਟੀ ਹੈ ਤੇ ਉਹਨਾਂ ਨੇ ਆਪਣੀ ਸਟ੍ਰੈਟਜੀ ਇਸ ਹਿਸਾਬ ਨਾਲ ਬਣਾਈ ਕਿ ਜੋ ਪਿਛਲੇ ਵਾਰੀ ਹੋਇਆ ਉਹਦੇ ਨਾਲੋਂ ਇਸ ਵਾਰੀ ਕਾਫੀ ਉਹਨਾਂ ਨੇ ਤਬਦੀਲੀ ਕੀਤੀ। ਮੁੱਖ ਤੌਰ ਤੇ ਉਹਨਾਂ ਨੇ ਕੀਤਾ ਕਿ ਜਿਹੜੇ ਇੱਥੋਂ ਦੇ ਸਥਾਪਿਤ ਲੀਡਰ ਸੀ ਉਹਨਾਂ ਨੂੰ ਅੱਗੇ ਲਾ ਕੇ ਉਹਨਾਂ ਤੇ ਹੀ ਦਾਅ ਖੇਡਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦਾ, ਜਿਵੇਂ ਇੱਕ ਪਹਿਲਾਂ ਆਪਣੇ ਸਾਥੀ ਪੈਨਲਿਸਟ ਨੇ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਮਿਲਿਆ। ਦੂਸਰੇ ਨੰਬਰ ਤੇ ਜਿਹੜੀ ਪ੍ਰਮੁੱਖ ਗੱਲ ਇਹ ਬਣਦੀ ਹੈ ਕਿ ਇਹ ਚੋਣਾਂ ਸੀ ਜਿਹੜੀਆਂ, ਇਹਨਾਂ ਦੇ ਨਾਲ ਨਾ ਤਾਂ ਖੇਤਰੀ ਲੈਵਲ ਤੇ ਨਾ ਰਾਸ਼ਟਰੀ ਪੱਧਰ ਤੇ ਕੋਈ ਤਬਦੀਲੀ ਦੀ ਸੰਭਾਵਨਾ ਨਹੀਂ ਸੀ। ਕਿਸਾਨਾਂ ਨੂੰ ਪਤਾ ਹੈ ਕਿ ਜੇ ਇਹ ਚਾਰੇ ਸੀਟਾਂ ਕੋਈ ਵੀ ਪਾਰਟੀ ਜਿੱਤ ਜਾਂਦੀ ਹੈ ਉਹਨਾਂ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਪਹਿਲੀਆਂ ਜਿਹੜੀਆਂ ਚੋਣਾਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਵਿਰੋਧ ਹੁੰਦਾ ਰਿਹਾ ਉਹ ਲੋਕ ਸਭਾ ਦੀਆਂ ਚੋਣਾਂ ਸੀ। ਇਸ ਕਰਕੇ ਉਹਨਾਂ ਨੂੰ ਸਿੱਧੇ ਤੌਰ ਤੇ ਲੱਗਦਾ ਸੀ ਕਿ ਇਸ ਪੱਖ ਨੂੰ ਜੇ ਅਸੀਂ ਲੈ ਕੇ ਚੱਲਾਂਗੇ ਇਹਦਾ ਸਾਨੂੰ ਫਾਇਦਾ ਹੋਊਗਾ। ਤੀਸਰੀ ਗੱਲ ਜਿਹੜੀ ਆਪਾਂ ਕਹਿੰਦੇ ਹਾਂ ਕਿ ਉਹ ਅਕਾਲੀ ਦਲ ਦੀ ਵਿਸ਼ੇਸ਼ ਤੌਰ ਤੇ ਹੈ, ਉਹਨਾਂ ਦੇ ਪੈਨਲਿਸਟ ਵੀ ਕਹਿ ਰਹੇ ਸੀ, ਤੁਹਾਡੇ ਯਾਦ ਹੀ ਹੋਣਾ ਕਿ ਦਿੱਲੀ ਦੇ ਵਿੱਚ ਇੱਕ ਵਾਰੀ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਨੂੰ ਭਾਰਤੀ ਜਨਤਾ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਲੜਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸਾਡਾ ਕੈਂਡੀਡੇਟ ਹੈ। ਜਦੋਂ ਤੁਸੀਂ ਕਿਸੇ ਨੂੰ ਆਪ ਇਨਵਾਈਟ ਕਰਕੇ ਲਿਆਓਗੇ, 52 ਪੱਤਿਆਂ ਨਾਲ ਹੀ ਖੇਡ ਖੇਡੀ ਜਾਂਦੀ ਹੈ ਤਾਸ਼ ਦੀ। ਅਕਾਲੀ ਦਲ ਜੇ ਪਿੱਛੇ ਹੋਊਗਾ, ਜਿਹੜਾ ਖਾਲੀ ਥਾਂ ਹੈ ਉਹ ਕਿਸੇ ਨੇ ਤਾਂ ਭਰਨਾ ਹੀ ਹੈ। ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਦਾ ਸਪੇਸ, ਕਿਉਂਕਿ 10 ਸਾਲ ਉਹ ਇਕੱਠੇ ਰਹੇ ਹੈ, ਉਹਨਾਂ ਨੂੰ ਇਹਨਾਂ ਦੀ ਸਟ੍ਰੈਟਜੀ ਦਾ ਵੀ ਪਤਾ ਹੈ, ਉਹਨਾਂ ਨੂੰ ਪਤਾ ਹੈ ਕਿ ਕਿਵੇਂ ਹਿੱਟ ਕਰਨਾ, ਉਹ ਸਪੇਸ ਨੂੰ ਇਹਨਾਂ ਨੇ ਕੈਪਚਰ ਕੀਤਾ, ਬਾਖੂਬੀ ਕੀਤਾ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀਆਂ 27 ਵਾਲੀਆਂ ਚੋਣਾਂ ਉਹਨਾਂ ਦੇ ਵਿੱਚ ਇੱਕਦਮ ਪੂਰੇ ਜੋਸ਼ੋ ਖਰੋਸ਼ ਨਾਲ ਆਪਣੇ ਪੱਧਰ ਤੇ ਲੜੂਗੀ। ਜੇ ਅਕਾਲੀ ਦਲ ਕਹੇ ਕਿ ਅਸੀਂ ਨਾਲ ਵੀ ਲੱਗਣਾ, ਸ਼ਾਇਦ ਉਹ ਇਸ ਗੱਲ ਨੂੰ ਵੀ ਇਗਨੋਰ ਕਰਨ, ਕਿਉਂਕਿ ਇਹਨਾਂ ਚੋਣਾਂ ਦੇ ਵਿੱਚੋਂ ਇਸ਼ਾਰਾ ਇਹ ਮਿਲਦਾ। ਅੰਤਿਮ ਗੱਲ ਮੈਂ ਇਹ ਕਹਿਣੀ ਚਾਹੁੰਦਾ ਹੈ ਕਿ ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ RSS ਜਾਂ ਭਾਰਤੀ ਜਨਤਾ ਪਾਰਟੀ ਨੇ ਸਜ਼ਾ ਦਵਾਈ ਹੈ, ਤਾਂ ਮੈਨੂੰ ਇਹ ਲੱਗਦਾ ਕਿ ਉੱਥੇ ਅਸੀਂ ਆਪਣੇ ਆਪ ਬਾਰੇ ਬਹੁਤ ਸਾਰਾ ਸ਼ੰਕਾ ਖੜਾ ਕਰ ਰਹੇ ਹਾਂ, ਕਿਉਂਕਿ ਅੱਜ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਅਕਾਲੀ ਦਲ ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਅਕਾਲੀ ਦਲ ਕਿਹਾ ਜਾਂਦਾ, ਉਹਨਾਂ ਦੀ ਬਹੁ ਗਿਣਤੀ ਹੈ, ਜਥੇਦਾਰ ਉਹਨਾਂ ਨੇ ਲਗਾਏ ਹੋਏ ਹੈ। ਇਸ ਕਰਕੇ ਅਸੀਂ ਜਦੋਂ ਆਪਣੇ ਸਾਥੀਆਂ ਨੂੰ ਆਪ ਹੀ ਪਾਸੇ ਕਰਾਂਗੇ, ਤਾਂ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ 10 ਸਾਲ ਜਿੱਥੇ ਤੁਸੀਂ ਭਾਈਵਾਲੀ ਰੱਖੀ ਹੈ ਉਸ ਤੇ ਕਿੰਤੂ ਕਰਨਾ ਜਾਂ ਸ਼ੰਕਾ ਕਰਨ ਵਾਲੀ ਗੱਲ ਹੈ। ਜਦੋਂ ਤੁਸੀਂ ਕਿਸੇ ਨੂੰ ਆਪ ਇਨਵਾਈਟ ਕਰਕੇ ਲਿਆਏ ਹੋ, ਪੰਜਾਬੀ ਦੇ ਵਿੱਚ ਇੱਕ ਕਹਾਣੀ ਹੈ ਪਾਰਸੀ ਤੇ ਉੱਠ ਵਾਲੀ, ਜੇ ਤੁਸੀਂ ਉੱਠ ਨੂੰ ਆਪਣੇ ਤੰਬੂ ਦੇ ਵਿੱਚ ਲਿਆਓਗੇ ਤਾਂ ਹੌਲੀ ਹੌਲੀ ਉੱਠ ਤੰਬੂ ਦੇ ਵਿੱਚ ਵੜੂਗਾ ਤੇ ਤੁਸੀਂ ਤੰਬੂ ਤੋਂ ਬਾਹਰ ਹੋਵੋਗੇ। ਅਕਾਲੀ ਦਲ ਨਾਲ ਮੈਨੂੰ ਲੱਗਦਾ ਕੁਛ ਇਹੋ ਜਿਹੇ ਹਾਲਾਤ ਬਣੇ ਹੈ, ਤੇ ਅਕਾਲੀ ਦਲ ਦਾ ਬੇਸ ਸੀ ਜਿਹੜਾ ਪਿੰਡਾਂ ਦੇ ਵਿੱਚ ਸੀ, ਜੇ ਅਕਾਲੀ ਦਲ ਦੀ ਸਪੇਸ ਨੂੰ ਭਾਰਤੀ ਜਨਤਾ ਪਾਰਟੀ ਕੈਪਚਰ ਕਰ ਰਹੀ ਹੈ ਤਾਂ ਕੁਦਰਤੀ ਹੈ ਉਹ ਸਪੇਸ ਪਿੰਡਾਂ ਦਾ ਉਹਨੂੰ ਵੀ ਕੈਪਚਰ ਕਰੂਗੀ। ਅਕਾਲੀ ਦਲ ਦਾ ਜਿਹਨੂੰ ਆਪਾਂ ਇੱਕ ਵੱਖਰਾ ਧੜਾ ਕਹਿੰਦੇ ਹਾਂ ਉਹ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਈ ਬੈਠੇ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕੋਈ ਐਡੀ ਅਣਹੋਣੀ ਗੱਲ ਨਹੀਂ ਹੈ। ਉਹਨਾਂ ਦੀ ਜਿਹੜੀ ਐਂਟਰੀ ਹੈ ਉਹਨਾਂ ਨੇ ਬੜੇ ਸੁਭਾਵਿਕ ਰੂਪ ਚ ਕੀਤੀ ਹੈ ਤੇ ਇਹ ਐਂਟਰੀ ਨੂੰ ਇਨਵਾਈਟ ਕਰਨ ਵਾਲਾ ਖੁਦ ਅਕਾਲੀ ਦਲ ਹੀ ਹੈ। ਵਾਲੀਆ ਸਾਹਿਬ ਜੀ, ਜੀ ਤੇ ਤੁਸੀਂ ਕਈ ਜਿਹੜੇ ਨਵੇਂ ਨੁਕਤੇ ਖੜੇ ਕੀਤੇ ਨੇ, ਲੇਕਿਨ ਜਿਹੜੀ ਗੱਲ ਸ਼ਮਸ਼ੇਰ ਸਿੰਘ ਜੀ ਕਹਿ ਰਹੇ ਸੀ ਨਾ, ਜਦੋਂ ਇਹ ਚੋਣਾਂ ਦਾ ਬਾਈਕਾਟ ਜਾਂ ਚੋਣਾਂ ਤੋਂ ਬਾਹਰ ਜਾਂਦੇ ਨੇ, ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ, ਇਹ ਇਹਨਾਂ ਦੀ ਆਪਣੀ ਮਰਜ਼ੀ ਹੈ। ਇਹ ਗੱਲ ਬਿਲਕੁਲ ਸਪਸ਼ਟ ਹੋਣੀ ਚਾਹੀਦੀ ਹੈ ਦਰਸ਼ਕਾਂ ਨੂੰ, ਕਿਉਂਕਿ ਜਦੋਂ ਇਹ ਕਿਹਾ ਗਿਆ ਸੀ ਪ੍ਰੈਸ ਕਾਨਫਰੰਸ ਕਰਕੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਿ ਜੀ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਸਾਡਾ ਜਰਨੈਲ ਉਹ ਤਨਖਾਹੀ ਕਰਾਰ ਦਿੱਤਾ ਹੈ, ਤੇ ਨਾਲ ਦੀ ਨਾਲ ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿ ਦਿੱਤਾ ਸੀ ਸਿਰਫ ਤਨਖਾਹੀ ਨਹੀਂ ਚੋਣ ਲੜ ਸਕਦੇ, ਬਾਕੀ ਤਾਂ ਤੁਸੀਂ ਚੋਣ ਲੜ ਸਕਦੇ ਹੋ। ਇਹਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ, ਤੇ ਜੇ ਆਪਾਂ ਡਾਕਟਰ ਸਤਨਾਮ ਸਿੰਘ ਸੰਧੂ ਨਾਲ ਸਹਿਮਤ ਹੋਈਏ ਤਾਂ ਫਿਰ ਇਹ ਜਿਹੜੀ ਖਾਲੀ ਥਾਂ ਉਹ ਭਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ। ਫਿਰ ਦਰਸ਼ਕੋ ਇਹ ਜਿਹੜੀ ਚਰਚਾ ਅਸੀਂ ਜਾਰੀ ਰੱਖਾਂਗੇ, ਇੱਕ ਬ੍ਰੇਕ ਹੋਰ ਲਵਾਂਗੇ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਲ। ਪਹਿਲਾਂ ਦੱਸੋ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਨਾ ਉਹ ਇਹ ਹੈ ਕਿ ਜਿਹੜੀ ਜਿਮਨੀ ਚੋਣ ਹੋਈ ਹੈ ਚਾਰ ਹਲਕਿਆਂ ਦੇ ਵਿੱਚ, ਉਹ ਚ ਕਈ ਗੱਲਾਂ ਉੱਭਰ ਕੇ ਸਾਹਮਣੇ ਆ ਰਹੀ, ਕਈ ਪਹਿਲੂ। ਇੱਕ ਪਹਿਲੂ ਤੇ ਅਸੀਂ ਗੱਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਪਿੰਡਾਂ ਤੱਕ ਪਹੁੰਚ ਗਈ, ਇਹਦਾ ਇੰਟਰਗੇਟ ਬਣ ਗਈ।
ਉਹਦੇ ਕੀ ਕਾਰਨ ਨੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਆਪਣੇ ਨਜ਼ਰੀਏ ਤੋਂ ਹਰੇਕ ਪੋਲੀਟੀਕਲ ਪਾਰਟੀ ਨੇ। ਇੱਕ ਹੋਰ ਵੀ ਬਹੁਤ ਵੱਡਾ ਪੱਖ ਹੈ ਜਿਹਦੇ ਗੱਲ ਹੋ ਸਕਦੀ ਹੈ, ਉਹ ਹੈ ਕਿ ਵੋਟਾਂ ਦੀ ਵੇਰੀਏਸ਼ਨ ਇੰਨੀ ਕਿਉਂ ਹੈ, ਇੱਕ ਪਾਸੇ 53%, ਇੱਕ ਪਾਸੇ 81%, ਇਹ ਵੀ ਤਾਂ ਆਪਣੇ ਆਪ ਵੱਡੀ ਗੱਲ ਹੈ। ਕੀ ਕਾਰਨ ਹੈ? ਬਰਨਾਲੇ 54%, ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਕਿ ਇੱਥੋਂ ਦੇ ਵੋਟਰ ਤੇ ਗਿੱਦੜਵਾਹੇ ਦੇ ਵੋਟਰ ਉਹਨਾਂ ਚ ਐਡਾ ਫਰਕ ਕਿਉਂ ਪੈ ਗਿਆ? ਚੱਬੇਵਾਲ ਵਾਲੇ ਕਿਉਂ ਜਿਹੜੇ ਰੁੱਸੇ ਹੋਏ ਨੇ? ਕੀ ਕਾਰਨ ਕੀ ਹੈ? ਕਿਉਂ ਨੀ ਘਰਾਂ ਤੋਂ ਨਿਕਲੇ? ਇਹ ਵੀ ਤਾਂ ਗੱਲ ਕੀਤੀ ਜਾ ਸਕਦੀ ਹੈ। ਮੇਰਾ ਖਿਆਲ ਅਸੀਂ ਜਿਹੜਾ ਸਾਡਾ ਲਾਸਟ ਗੇੜ ਹੈ ਹੁਣ ਇਹਦੇ ਗੱਲ ਕਰੀਏ ਤਾਂ ਜ਼ਿਆਦਾ ਗੱਲ ਨਿਕਲ ਕੇ ਸਾਹਮਣੇ ਆਏਗੀ। ਸ਼ਮਸ਼ੇਰ ਸਿੰਘ ਜੀ, ਵਾਲੀਆ ਸਾਹਿਬ, ਤੁਸੀਂ ਵਾਰ ਵਾਰ ਆਪਣੇ ਸਮੇਂ ਦੇ ਵਿੱਚ ਇਸ ਗੱਲ ਨੂੰ ਕੋਟ ਕੀਤਾ ਕਿ ਜਿਹੜੀ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ, ਉਹ ਇਲੈਕਸ਼ਨ ਨਹੀਂ ਲੜ ਸਕਦੇ, ਬਾਕੀ ਤੇ ਰੋਕ ਨਹੀਂ ਹੈ। ਉਹਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਤੁਸੀਂ ਹਿੰਦੁਸਤਾਨ ਦੇ ਬਾਰਡਰ ਦੇ ਉੱਤੇ ਤੁਸੀਂ ਬ੍ਰਿਗੇਡੀਅਰ ਨੂੰ, ਕਰਨਲ ਨੂੰ, ਜਿਹੜੇ ਕਮਾਂਡਰ ਹੈਗੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਆ ਜਾਓ ਦਿੱਲੀ ਆ ਜਾਓ ਤੇ ਫੌਜਾਂ ਨੂੰ ਕਹੋ ਵੀ ਤੁਸੀਂ ਜਾ ਕੇ ਲੜ ਲਓ, ਇਹ ਸੋ ਪੋਸੀਬਲ ਨਹੀਂ ਹੈਗਾ। ਜਦੋਂ ਤੀਕ ਤੁਹਾਡਾ ਕਮਾਂਡਰ, ਜਦੋਂ ਤੱਕ ਤੁਹਾਡਾ ਜਿਹੜਾ ਸੁਪਰਵਾਈਜ਼ਰ ਹੈ ਤੁਹਾਨੂੰ ਲੀਡ ਨਹੀਂ ਕਰਦਾ, ਤੁਹਾਨੂੰ ਗਾਈਡ ਨਹੀਂ ਕਰਦਾ, ਉਹ ਮੇਰਾ ਖਿਆਲ ਥੱਲੇ ਫੌਜ ਦਾ ਲੜਨ ਦਾ ਕੋਈ ਤੁੱਕ ਨਹੀਂ ਰਹਿ ਜਾਂਦਾ। ਇੱਥੇ ਮੈਂ ਤੁਹਾਨੂੰ ਸਪਸ਼ਟ ਕਰਾਂ, ਤੁਸੀਂ ਜਿਹੜਾ ਭੰਬਲ ਭੂਸਾ ਪੈਦਾ ਨਾ ਕਰੋ, ਨੰਬਰ 1। ਨੰਬਰ 2, ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਬੀਜੇਪੀ ਆਰਐਸਐਸ ਕਿਉਂ ਕਰੇਗੀ, ਉਹਦੇ ਬਾਰੇ ਸ਼ੰਕਾ ਇਹ ਖੜੇ ਹੁੰਦੇ ਹੈ ਕਿ ਜਿਹੜੇ ਲੋਕ ਬੀਜੇਪੀ ਦੇ ਨਾਲ ਅੱਜ ਹੱਥ ਮਿਲਾ ਕੇ ਫਿਰਦੇ ਹੈ, ਹੱਥ ਮਿਲਾ ਕੇ ਬੈਠੇ ਹੈ, ਉਹ ਲੋਕਾਂ ਨੂੰ ਇਸ ਸਜ਼ਾ ਦੇ ਵਿੱਚ, ਇਸ ਕਸੂਰ ਦੇ ਵਿੱਚ ਫਰਕ ਕਿਉਂ ਕਰ ਦਿੱਤਾ ਗਿਆ? ਜੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਕਿ ਨਾਗਪੁਰੀਏ ਅਕਾਲੀ ਦਲ ਨੂੰ, ਜਿਹੜੇ ਸੁਧਾਰ ਲਹਿਰ ਵਾਲੇ ਬਣੀ ਫਿਰਦੇ ਅੱਜ, ਉਹਨਾਂ ਨੂੰ ਇਸ ਦੋਸ਼ ਦੇ ਵਿੱਚੋਂ ਦੋਸ਼ ਮੁਕਤ ਕਿਉਂ ਕਰ ਦਿੱਤਾ ਗਿਆ? ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤਾਂ ਉਹਦੇ ਲਈ ਸਾਰੇ ਜ਼ਿੰਮੇਵਾਰ ਜਿੰਨੇ ਵੀ ਲੀਡਰ ਸੀ ਸਰਕਾਰ ਦੇ ਵਿੱਚ, ਭਾਈਵਾਲ ਸੀ, ਉਹਨਾਂ ਨੂੰ ਕਿਉਂ ਨਹੀਂ ਕੀਤਾ ਗਿਆ? ਸਿੱਧਾ ਸਿੱਧਾ ਇਸ਼ਾਰਾ ਹੈਗਾ ਕਿ ਸਾਜ਼ਿਸ਼ ਹੈ। ਤੀਸਰੀ ਗੱਲ, ਜਿਹੜੀ ਤੁਸੀਂ ਕਹਿੰਦੇ ਹੋ ਕਿ ਵੋਟ ਪਰਸੈਂਟੇਜ ਕਿਉਂ ਘੱਟ ਹੋਈ, ਉੱਥੇ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਚੋਣ ਅਖਾੜੇ ਦੇ ਵਿੱਚੋਂ ਬਾਹਰ ਹੋਣ ਦੇ ਨਾਲ ਵੀ ਜਿਹੜਾ ਟਕਸਾਲੀ ਅਕਾਲੀ ਵਰਕਰ ਸੀ ਉਹ ਵੋਟ ਪਾਉਣ ਤੋਂ ਵੰਚਿਤ ਰਿਹਾ, ਨਹੀਂ ਗਿਆ, ਉਹਨੇ ਵੋਟ ਨਹੀਂ ਪਾਈ, ਚਾਹੇ ਉਹ ਰੋਸ ਵਜੋਂ ਕਹੋ, ਚਾਹੇ ਕਿਸੇ ਤਰੀਕੇ ਦੇ ਨਾਲ ਕਹੋ, ਉਹ ਜਿਹੜੀ ਵੋਟ ਪਰਸੈਂਟੇਜ ਹੈ ਉਹ ਇਹਦੇ ਵਿੱਚੋਂ ਘੱਟ ਹੋਈ ਹੈ। ਇਹ ਗੱਲ ਗਿੱਦੜਵਾਹੇ ਦੀ ਨਾ ਹੋਈ, ਫਰਕ ਤਾਂ ਇਹ ਹੈ ਚੱਪੇਵਾਲ ਵਾਲਾ ਵੋਟਰ ਚਲੀ ਗਿਆ ਤੁਹਾਡਾ, ਉੱਥੇ ਵਾਲਾ ਗਿਆ ਹੁਣ, ਕਿਉਂਕਿ ਮੈਂ ਤੁਹਾਡੇ ਨਾਲ ਇਕੱਲੇ ਨਾਲ ਨਹੀਂ ਸ਼ਮਸ਼ੇਰ ਸਿੰਘ ਜੀ ਉਲਝਣਾ ਚਾਹੁੰਦਾ, ਲੇਕਿਨ ਤੁਸੀਂ ਆ ਜਿਹੜੀ ਗੱਲ ਭੰਬਰ ਭੁੱਸੇ ਦੀ ਕੀਤੀ ਹੈ, ਇਹ ਕੌਣ ਪਾ ਰਿਹਾ? ਇਹ ਤਾਂ ਸੰਗਤ ਜਾਣਦੀ ਹੈ, ਮੇਰੇ ਕਹਿਣ ਨਾਲ ਥੋੜੀ ਆਉਣਾ। ਮੈਂ ਕਦੋਂ ਕਿਹਾ ਸੀ ਇਹ ਗੱਲ? ਜਦੋਂ ਵੀ ਤੁਸੀਂ ਵਰਕਿੰਗ ਕਮੇਟੀ ਚ, ਪਹਿਲਾਂ ਤਾਂ ਵਰਕਿੰਗ ਕਮੇਟੀ ਤੋਂ ਪਹਿਲਾਂ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਜੀ ਅਸੀਂ ਇਸ ਕਰਕੇ ਉਹਨਾਂ ਨੇ ਰਿਜ਼ਾਈਨ ਕੀਤਾ ਕਿ 14 ਦਸੰਬਰ ਨੂੰ ਇਲੈਕਸ਼ਨ ਪ੍ਰਧਾਨ ਚੁਣਿਆ ਜਾਣਾ। ਜਦੋਂ ਵਰਕਿੰਗ ਕਮੇਟੀ ਆਈ ਕਹਿੰਦੇ ਜੀ ਅਸੀਂ ਜ਼ਿਲ੍ਹਾ ਜਥੇਦਾਰਾਂ ਨੂੰ ਪੁੱਛਣਾ, ਅਸੀਂ ਮੈਂਬਰਾਂ ਨੂੰ ਪੁੱਛਣਾ, ਸ਼੍ਰੋਮਣੀ ਕਮੇਟੀ ਦੇ ਨੂੰ, ਹਲਕਾ ਇੰਚਾਰਜ ਨੂੰ ਪੁੱਛਣਾ। ਫਿਰ ਜਦੋਂ ਪ੍ਰੈਸ ਨੋਟ ਆਉਂਦਾ ਕਹਿੰਦੇ ਜੀ ਅਸੀਂ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਕਿ ਜੇ ਤੁਸੀਂ ਅਸਤੀਫਾ ਨਹੀਂ ਵਾਪਸ ਲੈਂਦੇ ਤਾਂ ਅਸੀਂ ਸਾਰੇ ਅਸਤੀਫਾ ਦੇ ਦਾਂਗੇ। ਭੰਬਲ ਭੂਸਾ ਕੌਣ ਪਾਉਂਦਾ ਪਹਿਲੇ ਦਰਸ਼ਕੋ, ਇਹ ਤੁਸੀਂ ਦੇਖਣਾ, ਸਾਡਾ ਟੌਪਿਕ ਨਹੀਂ। ਮੈਂ ਸਿਰਫ ਇਸ ਕਰਕੇ ਜਵਾਬ ਦਿੱਤਾ ਹੈ ਕਿ ਸ਼ਮਸ਼ੇਰ ਸਿੰਘ ਜੀ ਹੋਰਾਂ ਨੇ ਇਹ ਗੱਲ ਕੀਤੀ। ਖੈਰ ਦੂਜੇ ਪਾਸੇ ਦੱਸਣਾ ਹੈਗਾ, ਉਹਦੇ ਅਸੀਂ ਥੋੜੀ ਜਿਹੀ ਗੱਲ ਕਰ ਲਈਏ। ਜਦੋਂ ਇਹ ਕਹਿੰਦੇ ਨੇ ਨਾ, ਜਦੋਂ ਇਹ ਕਹਿੰਦੇ ਨੇ ਕਿ ਜੀ ਅਕਾਲੀਆਂ ਨੇ ਵੋਟ ਨਹੀਂ ਪਾਈ, ਫਿਰ ਗਿੱਦੜਵਾਹੇ ਕਿਉਂ ਪਾਈ ਅਕਾਲੀਆਂ ਨੇ ਵੋਟ? ਇਹ ਤਾਂ ਮੈਂ ਥੋੜਾ ਘੱਟ ਹੈ, ਮੈਂ ਸਾਰੇ ਪੈਨਲਿਸਟ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਥੋੜੇ ਥੋੜੇ ਬਰੀਫ ਜਿਹੜੀ ਗੱਲ ਕਰਨੀ ਹੈ। ਰਮਾ ਮਹਾਜਨ ਜੀ, ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ ਕਿ ਅਗਰ ਅਕਾਲੀਆਂ ਨੇ ਵੋਟ ਨਹੀਂ ਪਾਈ, ਕੋਈ ਉਹਨਾਂ ਨੂੰ ਰੋਸ ਸੀ ਕਿ ਅਕਾਲੀ ਨਹੀਂ ਲੜ ਰਹੀ ਇਲੈਕਸ਼ਨ, ਤੇ ਫਿਰ ਗਿੱਦੜਵਾਹ ਚ ਇੰਨੀ ਪਰਸੈਂਟੇਜ ਕਿਉਂ ਉੱਪਰ ਗਈ ਹੈ, ਤੇ ਚੱਬੇਵਾਲ ਚ ਕੀ ਪ੍ਰੋਬਲਮ ਸੀ ਤੇ ਬਰਨਾਲਾ ਚ ਕੀ ਪ੍ਰੋਬਲਮ ਸੀ? ਐਸੀ ਕੋਈ ਗੱਲ ਨਹੀਂ ਹੈਗੀ ਹੈ ਕਿ ਵੇਰੀਏਸ਼ਨ ਹੋ ਸਕਦੀ ਹੈ, ਮਤਲਬ ਕਿਸੇ ਕਾਰਨ ਵੀ ਹੋ ਸਕਦੀ ਹੈਗੀ ਹੈ ਵੇਰੀਏਸ਼ਨ, ਕਿ ਵੀ ਉੱਥੇ ਕੋਈ ਐਸਾ ਕੈਂਡੀਡੇਟ ਸੀ ਜਾਂ ਕੁਛ ਐਸਾ, ਪਰ ਸਿਰਫ ਐਸ ਕਰਕੇ ਕਹਿਣਾ ਕਿ ਅਕਾਲੀ ਉੱਥੇ ਨਹੀਂ ਲੜ ਰਹੇ, ਇਸ ਕਰਕੇ ਵੇਰੀਏਸ਼ਨ ਹੋਈ ਹੈ ਵੋਟਰਸ ਦੀ, ਇਹ ਠੀਕ ਨਹੀਂ ਹੈਗਾ। ਕਿਉਂਕਿ ਗਿੱਦੜਵਾਹਾ ਚ ਅਕਾਲੀਆਂ ਦਾ ਬੜਾ ਅੱਛਾ ਰਿਹਾ ਉੱਥੇ, ਉਹਦੇ ਬਾਵਜੂਦ ਵੀ ਉਹਨਾਂ ਦੇ ਇਲੈਕਸ਼ਨ ਨਾ ਲੜਨ ਦੇ ਕਾਰਨ ਵੀ, ਤਦ ਵੀ ਉੱਥੇ ਪਰਸੈਂਟੇਜ ਰਹੀ ਹੈ 81% ਗਈ ਹੈ। ਇਹ ਠੀਕ ਹੈ ਪਿਛਲੀ ਵਾਰੀ ਤੋਂ ਘੱਟ ਹੈਗੀ ਹੈ,
ਪਰ ਇਸ ਵਾਰੀ ਬਾਕੀ ਸਾਰੀ ਜਗ੍ਹਾ ਤੋਂ ਉੱਥੇ ਜ਼ਿਆਦਾ ਪਰਸੈਂਟੇਜ ਰਹੀ ਹੈਗੀ ਹੈ ਔਰ ਇਹ ਕੋਈ ਕਾਰਨ ਨਹੀਂ ਨਜ਼ਰ ਆ ਰਿਹਾ ਮੈਨੂੰ ਕਿ ਅਗਰ ਅਕਾਲੀ ਨਹੀਂ ਹੈਗੇ ਮੈਦਾਨ ਚ ਤੇ ਉਹਦੇ ਕਰਕੇ ਪਰਸੈਂਟੇਜ ਚ ਵੇਰੀਏਸ਼ਨ ਆਇਆ ਖਿਆਲ ਹੈ ਕਿ ਮਾਫ ਕਰਨਾ ਕੁਛ ਸ਼ਾਇਦ ਟੈਕਨੀਕਲ ਕੋਈ ਪ੍ਰੋਬਲਮ ਹੈ ਫੋਨ ਜਿਹੜੇ ਤੇ ਮੈਂ ਕਰ ਰਿਹਾ ਇਹਦੇ ਚ ਕੋਈ ਆਵਾਜ਼ ਆ ਰਹੀ ਹੈ ਪਤਾ ਨਹੀਂ ਕਿਸ ਦੀ ਮੈਂ ਮਾਫੀ ਚਾਹੁੰਦਾ ਉਲਫਤ ਜੀ ਥੋੜਾ ਕੀ ਪੱਖ ਹੈ ਦੇਖੋ ਵਾਲੀਆ ਸਾਹਿਬ ਚਾਰੇ ਹਲਕਿਆਂ ਦੀ ਜੇ ਗੱਲ ਕਰੀਏ ਕਿਉਂਕਿ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਵੋਟ ਪਰਸੈਂਟੇਜ ਕਿਉਂ ਇਹਦੇ ਚ ਗਿਰਾਵਟ ਆਈ ਆ ਮੁੱਦਾ ਇਸ ਵੇਲੇ ਇਹ ਵਾ ਗੱਲ ਸਾਡੀ ਦਾ ਵੋਟ ਪਰਸੈਂਟੇਜ ਜੇ ਆਪਾਂ ਚਾਰੇ ਹਲਕਿਆਂ ਦੇ ਵਿੱਚ ਗੱਲ ਕਰੀਏ ਤੇ ਦੋ ਹਲਕੇ ਐਸੇ ਆ ਬਰਨਾਲਾ ਤੇ ਦੂਸਰਾ ਤੁਹਾਡਾ ਚੱਬੇਵਾਲ ਹੈ ਇੱਥੇ ਵੋਟ ਪਰਸੈਂਟੇਜ 53-54% ਆਈ ਆ ਇਹ ਸੋਚਣ ਦੀ ਲੋੜ ਕਿਹਨਾਂ ਨੂੰ ਹੈਗੀ ਆ ਆਮ ਆਦਮੀ ਪਾਰਟੀ ਨੂੰ ਸੋਚਣ ਦੀ ਲੋੜ ਹੋਇਆ ਕਿ ਵੋਟ ਪਰਸੈਂਟੇਜ ਕਿਉਂ ਡਿਸਪਾਈਟ ਦਾ ਫੈਕਟ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਦੋਨਾਂ ਜਗ੍ਹਾ ਦੇ ਉੱਤੇ ਤੇ 24 ਦੇ ਵਿੱਚ ਆਣ ਕੇ ਉੱਥੇ 2022 ਚ ਇਹਨਾਂ ਦੀ ਵੋਟ ਪਰਸੈਂਟੇਜ ਕਿੰਨੀ ਵਧੀ ਦੀ ਆ ਤੇ 24 ਚ ਆਣ ਕੇ ਵੋਟ ਪਰਸੈਂਟੇਜ ਘੱਟਦੀ ਆ ਔਰ ਸਾਡੇ ਲਈ ਐਡਵਾਂਟੇਜ ਦੀ ਗੱਲ ਹੈ ਕਾਂਗਰਸ ਪਾਰਟੀ ਵਾਸਤੇ ਕਿ ਸਾਡੇ ਦੋਨੇ ਕੈਂਡੀਡੇਟ ਜਿੱਥੇ ਬੈਠੇ ਦੇ ਆ ਗਿੱਦੜਬਾਹਾ ਚ ਸਾਡਾ ਕੈਂਡੀਡੇਟ ਹੈ ਡੇਰਾ ਬਾਬਾ ਨਾਨਕ ਚ ਕਾਂਗਰਸ ਦਾ ਕੈਂਡੀਡੇਟ ਹੈ ਔਰ ਦੋਨਾਂ ਦੀ ਵੋਟ ਪਰਸੈਂਟੇਜ ਆ ਜਿਹੜੀ ਉਹ ਵਧੀ ਆ ਉੱਥੇ ਵੀ 81% ਹੈ ਤੇ ਉੱਥੇ ਵੀ ਐਜ਼ ਕੰਪੇਅਰ ਟੂ ਅਦਰ ਕੰਸਟੀਚੁਐਂਸੀਜ਼ ਚੱਬੇਵਾਲ ਤੇ ਬਰਨਾਲੇ ਦੀ ਮੈਂ ਗੱਲ ਕਰ ਰਿਹਾ ਇਸ ਲਈ ਜਿਹੜੀ ਵੋਟ ਪਰਸੈਂਟੇਜ ਵਧੀ ਇਟ ਮੀਨਸ ਕਿ ਸਾਡਾ ਕਾਂਗਰਸ ਦਾ ਜਿਹੜਾ ਵਰਕਰ ਆ ਜਾਂ ਕਾਂਗਰਸ ਦਾ ਵੋਟਰ ਆ ਉਹ ਵੱਧ ਚੜ ਕੇ ਉਹਨੇ ਹਿੱਸਾ ਲਿਆ ਵਾ ਇਸ ਲਈ ਸਾਨੂੰ ਇਹ ਦੋ ਸੀਟਾਂ ਖਾਸ ਤੌਰ ਤੇ ਪੂਰੀ ਸ਼ਿਓਰਟੀ ਆ ਕਿ ਵਿਲ ਵਿਨ ਕਾਂਗਰਸ ਵਿਲ ਵਿਨ ਅਦਰ ਫੈਕਟਰ ਜਿਹੜਾ ਹੋ ਸਕਦਾ ਉਹ ਇਹ ਹੋ ਸਕਦਾ ਕਿਸੇ ਹੱਦ ਤੱਕ ਸੋਚਿਆ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਬਾਹਰ ਹੈ ਇਸ ਵੇਲੇ ਇਲੈਕਸ਼ਨ ਤੋਂ ਤੇ ਜਿਹੜੇ ਕਮਿਟਡ ਵੋਟਰਸ ਹੁੰਦੇ ਆ ਵਾਲੀਆ ਸਾਹਿਬ ਇਸ ਫੈਕਟ ਨੂੰ ਆਪਾਂ ਜਿਹੜਾ ਵਾ ਇਗਨੋਰ ਨਹੀਂ ਕਰ ਸਕਦੇ ਕਿ ਕਮਿਟਡ ਵੋਟਰ ਜਿਹੜਾ ਹੈਗਾ ਵਾ ਉਹ ਫਿਰ ਬਾਹਰ ਨਹੀਂ ਨਿਕਲਦਾ ਹੈਗਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਕਮਿਟਡ ਵੋਟਰ ਆ ਉਹ ਬਾਹਰ ਨਹੀਂ ਆਇਆ ਇਸ ਲਈ ਹੋ ਸਕਦਾ ਕਿ ਵੀ ਇੱਕ ਫੈਕਟਰ ਹੋਏ ਕਿ ਲੋਕ ਜਿਹੜੇ ਆ ਉਹ ਘੱਟ ਜਿਹੜੀ ਆ ਵੋਟਰ ਪਰਸੈਂਟੇਜ ਜਿਹੜੀ ਉਹ ਘੱਟ ਗਈ ਜੀ ਕਾਫੀ ਹੱਦ ਤੱਕ ਅਨਾਲਿਸਿਸ ਲੱਗ ਰਿਹਾ ਬਰਾੜ ਸਾਹਿਬ ਤੁਸੀਂ ਕੀ ਸੋਚਦੇ ਹੋ ਮੈਨੂੰ ਤਾਂ ਇੱਕੋ ਕਾਰਨ ਲੱਗਦਾ ਹੈ ਇੱਕ ਤਾਂ ਜਿਹੜਾ ਹੁਣ ਕਣਕ ਦਾ ਸੀਜ਼ਨ ਚੱਲੀ ਜਾਂਦਾ ਹੈ ਲੋਕ ਜਿਹੜੇ ਕਿਸਾਨ ਆ ਉਹ ਖੇਤਾਂ ਦੇ ਵਿੱਚ ਬਿਜਾਈ ਦੇ ਵਿੱਚ ਉਲਝੇ ਸੀਗੇ ਔਰ ਦੂਜਾ ਚੱਬੇਵਾਲ ਸਾਈਡ ਆਲੂਆਂ ਦਾ ਸੀਜ਼ਨ ਵੀ ਚੱਲੀ ਜਾਂਦਾ ਹੈ ਉਹਦੇ 'ਚ ਵੀ ਲੋਕ ਉਲਝੇ ਆ ਔਰ ਜੇ ਦੂਸਰਾ ਕਾਰਨ ਦੇ ਤਾਂ ਇਹ ਵੀ ਬੰਦਾ ਵਾਲੀਆ ਸਾਹਿਬ ਕਿ ਜਿਹੜਾ ਜ਼ਿਮਨੀ ਚੋਣਾਂ ਹੈ ਇਹਦੇ ਵਿੱਚ ਰੁਝਾਨ ਥੋੜਾ ਜਿਹਾ ਲੋਕਾਂ ਦਾ ਘੱਟ ਹੁੰਦਾ ਜਿਵੇਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਘੱਟ ਹੁੰਦਾ ਕਿਉਂਕਿ ਸਰਕਾਰ ਤਾਂ ਕੋਈ ਬਣਦੀ ਨਹੀਂ ਹੁੰਦੀ ਗੀ ਸੋ ਇਸ ਕਰਕੇ ਲੋਕ ਆ ਜਿਹੜਾ ਕੋਈ ਜ਼ਿਆਦਾ ਇਹਦੇ ਤੇ ਕਰਦੇ ਗੇ ਸੋ ਇਸ ਕਰਕੇ ਵੀ ਇਹ ਜਿਹੜਾ ਵੋਟਾਂ ਵੋਟ ਪਰਸੈਂਟੇਜ ਹੈ ਉਹ ਜ਼ਿਮਨੀ ਚੋਣਾਂ ਦੇ ਵਿੱਚ ਘੱਟ ਹੁੰਦੀ ਹੈ ਔਰ ਜਿਵੇਂ ਉਲਫਤ ਜੀ ਕਹਿੰਦੇ ਆ ਕਿ ਸਾਡੇ ਕਾਂਗਰਸ ਦੇ ਵੋਟਰਾਂ ਨੇ ਪਹੁੰਚ ਕੀਤੀ ਉਹਨਾਂ ਨੇ ਵੋਟ ਪਾਈ ਵੱਡੇ ਪੱਧਰ ਤੇ ਸੋ ਇਹ ਤਾਂ ਵਾਲੀਆ ਸਾਹਿਬ ਹਜੇ ਤੱਕ ਆਪਾਂ ਡਿਸਾਈਡ ਨਹੀਂ ਕਰ ਸਕਦੇ ਕਿ ਉਹ ਕਾਂਗਰਸ ਦੇ ਸੀ ਕਿ ਅਕਾਲੀ ਦਲ ਦੇ ਸੀ ਕਿ ਬੀਜੇਪੀ ਦੇ ਸੀ ਕਿ ਕਿਹੜੇ ਸੀ ਇਹ ਤਾਂ 23 ਤਰੀਕ ਨੂੰ ਰੁਝਾਨ ਆਊਗਾ ਉਹਨਾਂ ਹੀ ਸਾਨੂੰ ਪਤਾ ਲੱਗ ਜੂਗਾ ਕਿ ਕਿਹਦੇ ਵੋਟਰ ਜ਼ਿਆਦਾ ਸੀਗੇ ਕਿਹਨੂੰ ਵੱਧ ਪਰਸੈਂਟੇਜ 'ਚ ਵੋਟ ਪਈ ਆ ਰਿਜ਼ਲਟ ਆਜੂਗਾ ਆਪਣੇ ਸਾਹਮਣੇ ਆਜੂਗਾ ਸੋ ਇਹ ਮੈਨੂੰ ਲੱਗਦਾ ਚਾਰੇ ਜਿਹੜੀਆਂ ਜ਼ਿਮਨੀ ਚੋਣਾਂ ਵਾਲੀਆ ਸਾਹਿਬ ਇਹ ਮੈਨੂੰ ਲੱਗਦਾ ਜਿਹੜਾ ਪਿਛਲਾ 2.5 ਸਾਲਾਂ ਦਾ ਕਾਰਜਕਾਲ ਆਮ ਆਦਮੀ ਪਾਰਟੀ ਦਾ ਉਹਦਾ ਵੀ ਮੈਨੂੰ ਲੱਗਦਾ ਬਹੁਤ ਵੱਡਾ ਰਿਜ਼ਲਟ ਆਊਗਾ ਜੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਜ਼ਿਆਦਾ ਸੀਟਾਂ ਆਉਂਦੀਆਂ ਤਾਂ ਇਹ ਵੀ ਇੱਕ ਰਿਜ਼ਲਟ ਹੋਊਗਾ ਇੱਕ ਹੋਊਗਾ ਆਮ ਆਦਮੀ ਪਾਰਟੀ ਵਾਸਤੇ ਵੀ ਪਿਛਲੇ 2.5 ਸਾਲਾਂ ਦੇ ਵਿੱਚ ਜੋ ਕੰਮ ਕੀਤੇ ਆ ਉਹ ਚੰਗੇ ਕੀਤੇ ਆਮ ਆਦਮੀ ਪਾਰਟੀ ਨੇ ਅਗਰ ਜੇ ਸੀਟਾਂ ਘੱਟ ਆਉਂਦੀਆਂ ਤਾਂ ਇਹਦੇ ਤੇ ਵਿਚਾਰ ਕਰਨਾ ਵੀ ਆਮ ਆਦਮੀ ਪਾਰਟੀ ਨੂੰ ਬਣਦਾ ਹੈ ਸੋ ਮੈਨੂੰ ਲੱਗਦਾ ਇਹ ਵੀ ਇੱਕ ਪਿਛਲੇ 2.5 ਸਾਲਾਂ ਦਾ ਇੱਕ ਰਿਜ਼ਲਟ ਹੋਊਗਾ ਜ਼ਿਮਨੀ ਚੋਣ
ਮੇਰੀ ਸਾਈਡ ਤੋਂ ਟੈਕਨੀਕਲ ਪ੍ਰੋਬਲਮ ਫੋਨ ਚ ਆ ਰਹੀ ਸੀ। ਐਨੀਵੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇੱਕ ਬਿਜਾਈ ਜਿਹੜੀ ਹੈ ਉਹ ਥੋੜੀ ਜਿਹੀ ਲੇਟ ਹੋਈ ਹੈ ਕਿਉਂਕਿ ਜਿਹੜੀ ਝੋਨੇ ਦੀ ਖਰੀਦ ਦੇ ਵਿੱਚ ਪ੍ਰੋਬਲਮ ਆਈ। ਹੁਣ ਇਹਦੇ ਚ ਦੇਖੋ ਤੁਸੀਂ ਜਿੱਥੇ ਸ਼ਹਿਰੀ ਵੋਟਰ ਜ਼ਿਆਦਾ ਹੈ ਉੱਥੇ ਪਰਸੈਂਟੇਜ ਜ਼ਿਆਦਾ ਹੈ ਤੇ ਜਿੱਥੇ ਪੇਂਡੂ ਹੈ ਉਹਦੇ ਚ ਆਮ ਤੌਰ ਤੇ ਉਲਟ ਹੁੰਦਾ ਹੈ। ਸ਼ਹਿਰ ਵਾਲੇ ਨਿਕਲਦੇ ਹੁੰਦੇ ਛੁੱਟੀ ਮਨਾਉਂਦੇ ਹੁੰਦੇ ਨੇ ਲੇਕਿਨ ਇਸ ਵਾਰ ਉਲਟ ਹੋਇਆ ਜਿੱਥੇ ਪੇਂਡੂ ਖੇਤਰ ਵੋਟਰ ਘੱਟ ਦੇਖਣ ਚ ਮਿਲੀ ਹੈ ਜਿੱਥੇ ਸ਼ਹਿਰੀ ਵੋਟਰ ਜ਼ਿਆਦਾ ਉੱਥੇ ਜ਼ਿਆਦਾ ਦੇਖਣ ਨੂੰ ਮਿਲੀ ਹੈ। ਡਾਕਟਰ ਸਤਨਾਮ ਸਿੰਘ ਸੰਧੂ ਕਿਵੇਂ ਦੇਖਦੇ ਹੋ ਤੁਸੀਂ ਇਸ ਜਿਹੜਾ ਪੱਖ ਹੈ ਜਿਹੜਾ ਮੈਂ ਰੱਖਣ ਦੀ ਕੋਸ਼ਿਸ਼ ਕਰ ਰਿਹਾ? ਜਗ੍ਹਾ ਤੇ ਜਿਹੜੀ ਇਲੈਕਸ਼ਨ ਦੀ ਕੰਸੈਂਟਰੇਸ਼ਨ ਜ਼ਿਆਦਾ ਹੋ ਜਾਂਦੀ ਹੈ ਜਿੱਥੇ ਜਿੱਥੇ ਵੀ ਕੋਈ ਕੈਂਡੀਡੇਟ ਏਦਾਂ ਦੇ ਆ ਜਾਂਦੇ ਆ ਜਿੱਥੇ ਆਪਾਂ ਨੂੰ ਲੱਗਦਾ ਕਿ ਕੋਈ ਸਪੈਸ਼ਲ ਕੈਂਡੀਡੇਟ ਫੋਕਸ ਹੋ ਗਿਆ, ਕਈ ਵਾਰ ਉੱਥੇ ਜਿਹੜੀ ਲੀਡਰਸ਼ਿਪ ਹੈ ਤੇ ਲੋਕ ਹੈ ਉਹ ਉਸਨੂੰ ਜ਼ਿਆਦਾ ਹਾਈਪ ਕ੍ਰੀਏਟ ਕਰਕੇ ਉਸਨੂੰ ਅੱਗੇ ਲੈ ਜਾਂਦੇ ਆ। ਜੇ ਆਪਾਂ ਗਿੱਦੜਬਾਹਾ ਇਲੈਕਸ਼ਨ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਇੱਕ ਵਰਕਿੰਗ ਪ੍ਰੈਜੀਡੈਂਟ ਦੀ ਜਿਹੜੀ ਸਪਤਨੀ ਹੈ ਉਹ ਇਲੈਕਸ਼ਨ ਲੜ ਰਹੀ ਹੈ, ਦੂਸਰੇ ਪਾਸੇ ਅਕਾਲੀ ਦਲ ਦਾ ਹੀ ਪੁਰਾਣਾ ਇੱਕ ਕੈਂਡੀਡੇਟ ਹੈ ਜਿਹੜਾ ਭਾਵੇਂ ਉਹ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਲੜ ਰਿਹਾ ਮਨਪ੍ਰੀਤ ਸਿੰਘ ਬਾਦਲ, ਉਹ ਆ ਜਾਂਦੇ ਹੈ। ਤੀਸਰੇ ਪਾਸੇ ਡਿੰਪੀ ਢਿੱਲੋਂ ਜਿਨ੍ਹਾਂ ਦੇ ਕਿਸੇ ਸਮੇਂ ਬੈਕ ਦੇ ਉੱਪਰ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਹੁੰਦੇ ਸੀ ਉਹ ਲੜ ਰਹੇ ਹੈ। ਇਹਦਾ ਕਹਿਣ ਤੋਂ ਮੇਰਾ ਮਤਲਬ ਇਹ ਹੈ ਕਿ ਜਿੱਥੇ ਜਿੱਥੇ ਵੀ ਜਿਹੜੇ ਵਰਕਰ ਹੈ ਉਹਨਾਂ ਦੀ ਉਹਨਾਂ ਕੈਂਡੀਡੇਟਸ ਨਾਲ ਪਹਿਲਾਂ ਵੀ ਇਹਦਾ ਜ਼ਿਕਰ ਆਇਆ ਸਿੱਧੇ ਤੌਰ ਤੇ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ, ਉਸ ਜਗ੍ਹਾ ਤੇ ਵੋਟਰਾਂ ਦੀ ਕੰਸੈਂਟਰੇਸ਼ਨ ਜ਼ਿਆਦਾ ਹੋਣ ਕਰਕੇ ਵੋਟ ਪਰਸੈਂਟੇਜ 'ਚ ਫਰਕ ਪੈਂਦਾ। ਦੂਸਰੀ ਗੱਲ ਇਹ ਹੁੰਦੀ ਹੈ ਕਿ ਕਿਹੜੇ ਕਿਹੜੇ ਕੈਂਡੀਡੇਟ ਖੜੇ ਆ ਤੇ ਉਹਨਾਂ ਦਾ ਇਤਿਹਾਸ ਦੇ ਵਿੱਚ ਪਹਿਲਾਂ ਰੋਲ ਕੀ ਰਿਹਾ, ਉਹਦੇ ਨਾਲ ਆਉਣ ਵਾਲੀ ਜਿਹੜੀ ਸਾਡੀ ਇਲੈਕਸ਼ਨ ਹੈ ਜਾਂ ਰਾਜਨੀਤੀ ਹੈ ਉਸ ਤੇ ਅਸਰ ਕੀ ਪਊਗਾ। ਇਹ ਬਹੁਤ ਸਾਰੇ ਜਿਹੜੇ ਫੈਕਟਰ ਹੈ ਇਹ ਕਿਸੇ ਵੀ ਚੋਣ ਨੂੰ ਮਤਲਬ ਨਿਰਧਾਰਿਤ ਕਰਦੇ ਆ। ਜੇ ਅਸੀਂ ਵਿਸ਼ੇਸ਼ ਤੌਰ ਤੇ ਗਿੱਦੜਬਾਹਾ ਚੋਣ ਦੀ ਗੱਲ ਕਰੀਏ ਤਾਂ ਇਹ ਕਿਸੇ ਸਮੇਂ ਸਾਨੂੰ ਪਤਾ ਕਿ ਅਕਾਲੀ ਦਲ ਦੀ ਪੱਕੀ ਸੀਟ ਰਹੀ ਹੈ ਤੇ ਜੇ ਅਕਾਲੀ ਦਲ ਹੀ ਉਸ ਸੀਟ ਤੋਂ ਬਾਹਰ ਹੈ ਤਾਂ ਜਿਹੜੇ ਨਵੇਂ ਉਸ ਤੇ ਐਂਟਰੀ ਕਰਨ ਵਾਲੇ ਵਿਅਕਤੀ ਆ ਉਹ ਆਪਣੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰਦੇ ਆ ਕਿ ਅਸੀਂ ਇਸ ਸੀਟ ਦੇ ਉੱਪਰ ਆਪਣੀ ਹੈਜਮਨੀ ਕਿਵੇਂ ਬਣਾਈਏ। ਤੇ ਇੱਕ ਸਭ ਤੋਂ ਟੇਢੀ ਗੱਲ ਇਸ ਸਮੇਂ ਦੀਆਂ ਚੋਣਾਂ ਦੇ ਵਿੱਚ ਇਹ ਰਹੀ ਹੈ ਕਿ ਸ਼ਾਇਦ ਹੀ ਕੋਈ ਐਸਾ ਕੈਂਡੀਡੇਟ ਹੋਵੇ ਜਿਹਨੂੰ ਅਸੀਂ ਪੱਕੇ ਤੌਰ ਤੇ ਕਹਿ ਸਕੀਏ ਕਿ ਇਹ ਫਲਾਂ ਪਾਰਟੀ ਦਾ ਇਤਿਹਾਸਕ ਤੌਰ ਤੇ ਕੈਂਡੀਡੇਟ ਰਿਹਾ। ਅਮੂਮਨ ਸਾਰੇ ਕੈਂਡੀਡੇਟਾਂ ਦੇ ਨਾਲ ਇਹੀ ਜੁੜਿਆ ਹੋਇਆ ਹੈ ਕਿ ਕੋਈ ਕਦੇ ਇੱਕ ਪਾਰਟੀ ਦੇ ਵਿੱਚ ਸੀ ਫਿਰ ਦੂਸਰੀ ਦੇ ਵਿੱਚ ਚਲਾ ਗਿਆ ਫਿਰ ਤੀਸਰੀ ਦੇ ਵਿੱਚ ਚਲਾ ਗਿਆ। ਇਸ ਕਰਕੇ ਜਿਹੜੇ ਵੋਟਰ ਸੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਵਿਸ਼ੇਸ਼ ਕੈਂਡੀਡੇਟ ਕਿਸੇ ਖਾਸ ਦਲ ਲਈ ਵੋਟਾਂ ਮੰਗ ਰਿਹਾ ਸੀ ਤੇ ਹੁਣ ਐਸਾ ਕੀ ਵਾਪਰਿਆ ਕਿ ਹੁਣ ਉਹ ਕਿਸੇ ਦੂਸਰੇ ਵਿਅਕਤੀ ਲਈ ਜਿਹੜੀ ਹੈਗੀ ਹੈ ਉਹ ਵੋਟਾਂ ਮੰਗ ਰਿਹਾ ਹੈ। ਮੈਨੂੰ ਲੱਗਦਾ ਕਿ ਜਿਹੜੇ ਇਸ ਕਿਸਮ ਦੇ ਫੈਕਟਰ ਹੁੰਦੇ ਆ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਚੋਣਾਂ ਤੇ ਅਸਰ ਪਾਉਂਦੇ ਆ। ਨਾਲ ਹੀ ਪੰਜਾਬ ਦੇ ਜੇ ਹਾਲਾਤ ਦੀ ਵੀ ਗੱਲ ਕਰੀਏ ਅੱਜ ਹਾਲਾਤ ਇਹ ਬਣੇ ਹੋਏ ਆ ਕਿ ਇੱਕ ਪਾਸੇ ਕਿਸਾਨਾਂ ਦੀ ਜੀਰੀ ਰੁਲ ਰਹੀ ਹੈ ਉਹ ਉਸ ਤੇ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਜਿਸ ਪ੍ਰਕਾਰ ਸਾਨੂੰ ਇੱਥੇ ਸੁਣਨ ਨੂੰ ਮਿਲਿਆ ਕਿ ਉਹਦਾ ਵੀ ਇੱਕ ਕਾਰਨ ਇਸ ਕਿਸਮ ਦਾ ਮੰਨਿਆ ਜਾ ਸਕਦਾ ਹੈ ਕਿ ਕਿਸਾਨੀ ਸ਼ਾਇਦ ਆਪਣੇ ਆਪ ਨੂੰ ਫਿਰ ਲਾਮਬੰਦ ਕਰੂਗੀ। ਲਾਮਬੰਦ ਕਰਨ ਤੋਂ ਬਾਅਦ ਉਹ ਕਿਸ ਰੁੱਖ ਦੇ ਵਿੱਚ ਕਿਵੇਂ ਚੱਲਦੀ ਹੈ ਇਹ ਵੀ ਇੱਕ ਵੱਖਰਾ ਸਵਾਲ ਬਣ ਕੇ ਸਾਡੇ ਸਾਹਮਣੇ ਆਊਗਾ। ਇਸ ਕਰਕੇ ਜੇ ਵੋਟ ਪਰਸੈਂਟੇਜ ਕਿਤੇ ਵਧੀ ਹੈ ਜਾਂ ਕਿਤੇ ਘਟੀ ਹੈ ਉਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਹਨਾਂ ਚੋਣਾਂ ਦੇ ਨਾਲ ਕਿਤੇ ਵੀ ਵੱਡੇ ਪੱਧਰ ਤੇ ਕੋਈ ਫਰਕ ਨਹੀਂ ਪੈਣਾ। ਇਹਨੂੰ ਕਿਸੇ ਨਾ ਕਿਸੇ ਪੱਧਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਸੈਮੀ ਫਾਈਨਲ ਵਰਗਾ ਇੱਕ ਮੈਚ ਹੈ ਜਿਹਦੇ ਨਾਲ ਹਰ ਪਾਰਟੀ ਨੂੰ ਖੁਸ਼ ਹੋਣ ਦਾ ਮੌਕਾ ਜ਼ਰੂਰ ਮਿਲੂਗਾ। ਪਾਰਟੀ ਨੂੰ ਇਹ ਲੱਗੂਗਾ ਕਿ ਸਾਡੀ ਵੋਟ ਪਰਸੈਂਟੇਜ ਵਧੀ ਹੈ, ਕਿਸੇ ਦੂਸਰੀ ਪਾਰਟੀ ਨੂੰ ਲੱਗੂਗਾ ਕਿ ਸਾਡੇ ਪਿੰਡਾਂ ਦੇ ਵਿੱਚ ਬੂਥ ਲੱਗ ਰਹੇ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੰਸਰਾਜ ਹੰਸ ਨੇ ਇੱਕ ਇੰਟਰਵਿਊ ਦੇ ਵਿੱਚ ਇਸ਼ਾਰਾ ਵੀ ਕੀਤਾ ਸੀ ਕਿ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਸੀ ਤਾਂ ਮੇਰਾ ਵਿਰੋਧ ਹੁੰਦਾ ਸੀ, ਹੁਣ ਜਦੋਂ ਉਹਨਾਂ ਹੀ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਅੱਜ ਕੈਂਡੀਡੇਟ ਜਾ ਰਿਹਾ ਤਾਂ ਅੱਜ ਉਹਦਾ ਵਿਰੋਧ ਕਿਉਂ ਨਹੀਂ ਹੋ ਰਿਹਾ? ਇਸ ਕਰਕੇ ਬਹੁਤ ਸਾਰੇ ਅਣਸੁਲਝੇ ਸਵਾਲ, ਇਹਨਾਂ ਅਣਸੁਲਝੇ ਸਵਾਲਾਂ ਦਾ ਜਦੋਂ ਅਸੀਂ ਇੱਕ ਇੱਕ ਕਰਕੇ ਉੱਤਰ ਤਲਾਸ਼ਾਂਗੇ ਤਾਂ ਸਾਨੂੰ ਇਹਦੇ ਵਿੱਚੋਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਨੈਲਿਸਿਸ ਕਰਨ ਨੂੰ ਮਿਲਣਗੀਆਂ ਜਿਨ੍ਹਾਂ ਨਾਲ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਡਾਇਰੈਕਸ਼ਨ ਕੀ ਰਹਿੰਦੀ ਹੈ, ਕੈਂਡੀਡੇਟ ਕਿੱਦਾਂ ਦੇ ਆਉਂਦੇ ਆ, ਕਿਹੜੀ ਪਾਰਟੀ ਦੇ ਅੱਗੇ ਵਧਣ ਦੇ ਮਤਲਬ ਉਹਦਾ ਸਕੋਪ ਹੈਗਾ, ਕਿ ਅਕਾਲੀ ਦਲ ਜਿਹੜੀ ਅੱਜ ਪੋਜੀਸ਼ਨ ਰੱਖੀ ਹੈ ਇਸੇ ਨੂੰ ਭਵਿੱਖ ਦੇ ਵਿੱਚ ਰੱਖੂਗਾ ਜਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋਰ ਤਕੜਾ ਹੋ ਕੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰੂਗਾ, ਕੀ ਭਾਰਤੀ ਜਨਤਾ ਪਾਰਟੀ ਜਿਹਦੇ ਨਾਲ ਅੱਜ ਅਸੀਂ ਕਹਿ ਰਹੇ ਹਾਂ ਕਿ ਉਹ ਬਿਲਕੁਲ ਵੀ ਚੱਲਣ ਨੂੰ ਤਿਆਰ ਨਹੀਂ। ਪਤਾ ਨਹੀਂ ਲੱਗਦਾ ਕਿ ਜਿਹੜੀਆਂ 9 ਮਾਸ ਦਾ ਰਿਸ਼ਤਾ ਕਦੋਂ ਫਿਰ ਜਾਗ ਪਏ, ਹੋ ਸਕਦਾ 27 ਵਾਲੀਆਂ ਇਲੈਕਸ਼ਨਾਂ 'ਚ ਸੀਨ ਕੁਛ ਹੋਰ ਹੀ ਹੋ ਜੇ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਤੁਹਾਡੇ ਵਿਸ਼ੇ ਨਾਲ ਸੰਬੰਧਿਤ ਹੈ ਤੇ ਇਸ ਵਿਸ਼ੇ ਦੇ ਵਿੱਚੋਂ
ਇਹ ਇੱਕ ਵੱਖਰੀ ਕਿਸਮ ਦੀ ਡਾਇਰੈਕਸ਼ਨ ਸਾਡੇ ਸਾਹਮਣੇ ਰੱਖਦੇ ਨੇ ਵਾਲੀਆ ਸਾਹਿਬ। ਨਹੀਂ ਨਹੀਂ ਥੋੜੇ ਤੁਸੀਂ ਕਾਫੀ ਹੱਦ ਤੱਕ ਠੀਕ ਕਰ ਰਹੇ, ਪਰ ਕਈ ਗੱਲਾਂ ਦੁਬਾਰਾ ਵੀ ਸੋਚਿਆ ਜਾ ਸਕਦਾ ਕਈ ਹੋਰ, ਜਿਵੇਂ ਤੁਸੀਂ ਕਿਹਾ ਵੀ ਗਿੱਦੜਪਾਲ ਸੀਟ ਜਿਹੜੀ ਹੈ ਉਹ ਹਾਈ ਪ੍ਰੋਫਾਈਲ ਸੀ, ਉਹਦੇ ਚ ਰਾਜਾ ਬੜਿੰਗ ਦੀ ਪਤਨੀ ਸੀ ਮਨਪ੍ਰੀਤ ਬਾਦਲ ਸੀ, ਇਸ ਕਰਕੇ ਜ਼ਿਆਦਾ ਵੋਟ ਪ੍ਰਤੀਸ਼ਤ ਹੋ ਸਕਦਾ। ਪਰ ਦੂਜੇ ਪਾਸੇ ਬਰਨਾਲਾ ਕਿਹੜਾ ਘੱਟ ਸੀ, ਬਰਨਾਲੇ ਦੇ ਵਿੱਚ ਜਿਹੜਾ ਮੌਜੂਦਾ ਸਾਂਸਦ ਹੈ ਉਹਦੇ ਉਹਦੀ ਸ਼ਾਖਦਾਤ ਲੱਗੀ ਸੀ ਬੀਜੇਆਰ ਦੀ, ਔਰ ਕੇਵਲ ਸਿੰਘ ਢਿੱਲੋਂ ਸੀ ਉੱਥੇ ਵੀ ਤਾਂ ਉਸ ਤਰ੍ਹਾਂ ਸੀ, ਲੇਕਿਨ ਉੱਥੇ ਤਾਂ 54% ਸਾਰੀ ਵੋਟ ਪਈ ਹੈ। ਤਾਂ ਜੇ ਆਪਾਂ ਸ਼ਹਿਰੀ ਵਾਲਾ ਵੀ ਦੇਖੀਏ, ਬਰਨਾਲਾ ਦਾ ਵੀ ਇੱਕ ਵੱਡਾ ਖੇਤਰ ਜਿਹੜੇ ਸ਼ਹਿਰੀ ਖੇਤਰ ਹੈ, ਤਾਂ ਇਹ ਲੋਕਾਂ ਦਾ ਨਹੀਂ ਸਰ, ਦੇਖੋ ਕਿੰਨੀ ਵੇਰੀਏਸ਼ਨ, ਥੋੜੇ ਥੋੜੇ ਚ 30-40% ਦੀ ਵੇਰੀਏਸ਼ਨ ਇੰਨੇ ਕੁ ਫਰਕ ਚ ਆਪਾਂ ਦੇਖ ਰਹੇ ਹਾਂ। ਕੁਛ ਤਾਂ ਲੋਕਾਂ ਦੇ ਲੋਕਲ ਮੁੱਦੇ ਹੁੰਦੇ ਨੇ, ਕੀ ਕਾਰਨ ਹੁੰਦੇ ਨੇ, ਕੀ ਉਹਦੇ ਪਿੱਛੇ ਕਾਰਨ ਰਿਹਾ, ਇਹ ਸਮਝਣ ਦੀ ਲੋੜ ਹੈ ਸਾਨੂੰ, ਖਾਸ ਤੌਰ ਤੇ ਜਿਹੜੇ ਸਿਆਸਤ ਚ ਦਿਲਚਸਪੀ ਰੱਖਦੇ ਨੇ, ਉਹ ਲੋਕ ਜਿਹੜੇ ਸਿਆਸੀ ਖੇਡ ਖੇਡਦੇ ਨੇ ਉਹ ਇਹ ਜ਼ਰੂਰ ਸਮਝਣ ਕਿ ਕਾਰਨ ਕੀ ਹੈ, ਲੋਕ ਘਰਾਂ ਚ ਕਿਉਂ ਨਹੀਂ ਨਿਕਲੇ, ਕੀ ਜੇ ਇਹੀ ਗੱਲ ਕਿ ਇਹਦਾ ਨਤੀਜਾ ਦਾ ਕੋਈ ਫਰਕ ਨਹੀਂ ਪੈਣਾ, ਤਾਂ ਫਿਰ ਉੱਥੇ ਗਿੱਦੜ ਪਾਏ ਕਿਵੇਂ ਫਰਕ ਪੈ ਜਾਊਗਾ, ਉੱਥੇ ਕਿਉਂ ਲੋਕ ਸਮਝਦੇ ਨੇ ਵੀ ਇਹਦਾ ਬਹੁਤ ਫਰਕ ਹੈ। ਇਹ ਨਹੀਂ ਹੈ ਫਰਕ, ਇਹ ਕਦੇ ਵੀ ਨਹੀਂ ਹੁੰਦਾ, ਇਹਦੇ ਸੰਕੇਤ ਭਵਿੱਖ ਦੇ ਬੜੇ ਹੁੰਦੇ ਨੇ। ਅੱਜ ਜਿਹੜਾ ਵੀ ਜਿੱਤਦਾ ਹੈ, ਜਿਹੜੀ ਪਾਰਟੀ ਜਾਂਦੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਜਿਹੜਾ ਗ੍ਰਾਫ ਤੇ ਅਸਰ ਪੈਣਾ ਸੁਭਾਵਿਕ ਹੁੰਦਾ ਹੈ। ਸੋ ਇਸ ਕਰਕੇ ਇਹਦੇ ਬਹੁਤ ਸਾਰੇ ਪੱਖ ਨੇ, ਕੁਛ ਪੱਖ ਪਹਿਲੇ ਦਰਸ਼ਕੋ ਅਸੀਂ ਉਘਾੜਨ ਦੀ ਕੋਸ਼ਿਸ਼ ਕੀਤੀ ਹੈ, ਕਿੰਨਾ ਕੁ ਸਫਲ ਹੋਏ ਹੈ ਇਹ ਤਾਂ ਤੁਹਾਡੇ ਹੱਥ ਹੈ ਗੱਲ ਸਮਝਣੀ, ਲੇਕਿਨ ਬਹੁਤ ਦਿਲਚਸਪ ਰਹੀ ਹੈ ਇਹ ਜ਼ਿਮਨੀ ਚੋਣ, ਜਿਹਦੇ ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇਤਿਹਾਸਕ ਬਣ ਜਾ ਰਹੀਆਂ ਨੇ। ਬਾਕੀ ਆਪਾਂ 23 ਨੂੰ ਮਿਲਾਂਗੇ ਤੇ ਲਗਾਤਾਰ ਤੇ ਗੱਲਬਾਤ ਕਰਦੇ ਰਹਾਂਗੇ ਜਦੋਂ ਨਤੀਜੇ ਆਉਣਗੇ। ਤੇ ਅੱਜ ਇੰਨਾ ਹੀ, ਡਾਕਟਰ ਸਤਰਾਮ ਸਿੰਘ ਸੰਧੂ ਜੀ, ਕੁਲਵਿੰਦਰ ਬਰਾੜ ਸਾਹਿਬ, ਸ਼ਮਸ਼ੇਰ ਸਿੰਘ ਜੀ ਔਰ ਉਲਫਤ ਸਾਹਿਬ, ਰਮਾ ਮਹਾਜਨ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਆਪਣੀ ਗੱਲ ਰੱਖੀ। ਪਹਿਲੇ ਦਰਸ਼ਕੋ ਤੁਹਾਡਾ ਵੀ ਬਹੁਤ ਧੰਨਵਾਦ। ਆਪਾਂ ਜਿਹੜਾ ਮੁਲਾਕਾਤ ਕਰਨੀ ਹੈ ਹੁਣ ਕੱਲ੍ਹ ਸਵੇਰੇ 8:40 ਖਬਰ ਤੇ ਨਜ਼ਰ, ਰਜਿੰਦਰ ਵਾੜੀਆ ਸ਼ੋਅ ਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। Scan QR code to contact us. Rhodes Inc. Million Miles with Smile, or scan QR code to contact us. Flankbird Truck Repair, trust we build in truck repair, or scan QR code to contact us. The Masala Twist Oxnard Fine Authentic Indian Cuisine, or scan QR code to contact us. Pizza Twist, taste with twist, order today, call or visit website, or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Bila Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered, California, certified agency manager who can help you, your family and your small business with health insurance. Call at 1-877-830-3270 or scan QR code to call or text.